ਮਿੱਤਰ ਸੈਨ ਮੀਤ ਦਾ ਨੋਵਲ ਕਾਫਲਾ ਦਾ 41ਵਾਂ ਕਾંડ ਨੈਕਸ ਸਲਾਈਟਾਂ ਦਾ ਲੱਗਿਆ ਨੋਟਿਸ ਸਰਦਾਰਾਂ ਲਈ ਕਈ ਦਿਨ ਦਾ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਸੀ ਦਿਨ ਚ ਕਈ ਵਾਰ ਉਹ ਜੁੜਦੇ ਬਿਨਾ ਕਿਸੇ ਫੈਸਲੇ ਤੋਂ ਉਠਖਲਾਉਂਦੇ ਸਰਦਾਰ ਤੇ ਉਹਦਾ ਸਭ ਤੋਂ ਛੋਟਾ ਪੁੱਤਰ ਸਰਬਜੀਤ ਜਿਵੇਂ ਤੇ ਵਿਸਮਝੌਤਾ ਕਰਨ ਤੇ ਤੁਲੇ ਸੀ ਮਿੱਤ ਦੇ ਕਤਲਾਂ ਨੇ ਉਹਨਾਂ ਦੇ ਮਨ ਚ ਪੂਰਾ ਡਰ ਬਿਠਾਇਆ ਹੋਇਆ ਸੀ ਜਿੱਥੇ ਕਿਤੇ ਵੀ ਨੋਟਿਸ ਲੱਗਿਆ ਸੀ ਉਹ ਸਿਰੇ ਚੜਿਆ ਸੀ ਨੋਟਿਸ ਨੂੰ ਪੁਲਿਸ ਹੱਥ ਦੇਣਾ ਇੱਕ ਅੱਧ ਦੇ ਜਾਨ ਲੈਣ ਤੋਂ ਘੱਟ ਨਹੀਂ ਸੀ ਪਰ ਸਰਦਾਰ ਦੇ ਬਾਕੀ ਤਿੰਨੇ ਮੁੰਡੇ ਦੇ ਹੱਕ 'ਚ ਨਹੀਂ ਸੀ ਅੱਧੇ ਨਾਲੋਂ ਵੱਧ ਪਿੰਡ ਉਹਨਾਂ ਨਾਲੋਂ ਟੁੱਟ ਕੇ ਸਰਦਾਰ ਅੱਗੇ ਗੁੱਡੇ ਟੇਕ ਚੁੱਕਿਆ ਸੀ ਹਰ ਵਾਰ ਝੁਕਣਾ ਆਪਣੇ ਹੱਥੀਆਂ ਪਾਉ ਝਾੜਨ ਵਾਲੀ ਗੱਲ ਸੀ ਇਹਨਾਂ ਮੁੰਡਿਆਂ ਦਾ ਖਿਆਲ ਸੀ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਗਵਾ ਲੈਣ ਦੀ ਤਾਂ ਇਹ ਤੋਂ ਲਾਭ ਉਠਾਣ ਦਾ ਸੀ ਇਸ ਹਥਿਆਰ ਨੂੰ ਲੀਡਰਾਂ ਦੇ ਹੱਥ ਕਟਾਉਣ ਲਈ ਵਰਤਣਾ ਚਾਹੀਦਾ ਸੀ ਘਰ ਆਈ ਡੀਐਸਪੀ ਨਾਲ ਜਦੋਂ ਉਹਨਾਂ ਰਾਇ ਕੀਤੀ ਉਨੇ ਵੀ ਮੁੰਡਿਆਂ ਦੀ ਹਾਂਚ ਹਾਂ ਮਲਾਈ ਜੇ ਤੁਸੀਂ ਡਰ ਗਏ ਬਾਕੀਆਂ ਦਾ ਕੀ ਬਣੂ ਇਹ ਤਾਂ ਆਪੇ ਪੰਗਾ ਲੈ ਬੈਠੇ ਇਹ ਤੋਂ ਵਧੀਆ ਮੌਕਾ ਨਹੀਂ ਮਿਲਣਾ ਇਹਦੇ ਸਹਾਰੇ ਤਾਂ ਜਿੰਨਿਆਂ ਦੀ ਮਰਜ਼ੀ ਹੱਡ ਤੋੜ ਦਿਓ ਮੁਰਕ ਕੰਜਰਾਂ ਨੂੰ ਸੋਚਣ ਜਿੰਨਾ ਨਹੀਂ ਛੱਡਣਾ ਪਰੇ ਅੜਿੱਕਣਾ ਇਸ ਨੋਟਿਸ ਤੇ ਨਾਂ ਸਿਰਫ ਜਸਵੀਰ ਦਾ ਲਿਖਿਆ ਬਾਕੀ ਕਿਵੇਂ ਤੂੰ ਫਿਕਰ ਕਿਉਂ ਕਰਦਾ ਇਹ ਤਾਂ ਬਹਾਨਾ ਹੈ ਜਿੰਨੂੰ ਮਰਜ਼ੀ ਟਿਕਾਣੇ ਲਾ ਦੀਏ ਤੋ ਚੁੱਪ ਕਰਕੇ ਨਾਂ ਲਿਖਾ ਕਿਹਦੇ ਕਿਹਦੇ ਨਾਲ ਨਿਭੜਣਾ ਫੇਰ ਦਿਨ ਚੜਦੇ ਨੂੰ ਦੇਖੇ ਮੇਰੇ ਰੰਗ ਦਿਨ ਚੜਦਿਆਂ ਸੱਚਮੁੱਚ ਰੰਗ ਦਿਖਣੇ ਸ਼ੁਰੂ ਹੋ ਗਏ ਸੂਰਜ ਦੀਆਂ ਕਿਰਨਾਂ ਨਾਲ ਹੀ ਘੁੰਘੂ ਘਰਦੇ ਪੁਲਿਸ ਨਾਲ ਭਰੇ ਟਰੱਕ ਵੀ ਆ ਧਮਕੇ ਪੁਲਿਸ ਵਾਲੇ ਬੜੇ ਹੈਰਾਨ ਸੀ ਸਾਰੇ ਪਿੰਡ ਚ ਉਹਨਾਂ ਨੂੰ ਇੱਕ ਵੀ ਨਹੀਂ ਸੀ ਲੱਭਿਆ ਉਹਨਾਂ ਨੂੰ ਕਿਸੇ ਪਾਸੇੋਂ ਜ਼ਰੂਰ ਖਬਰ ਮਿਲ ਗਈ ਸੀ ਦਿਨ ਭਰ ਦੀ ਪਕਾਈ ਤੋਂ ਬਾਅਦ ਉਹ ਨਿਰਾਸ਼ ਸੈਰ ਪੜਤੇ ਦੂਜੇ ਤੀਜੇ ਦਿਨੋਂ ਛਾਪਾ ਮਾਰਦੇ ਪਰ ਕਦੇ ਵੀ ਕੋਈ ਉਹਨਾਂ ਦੇ ਹੱਥ ਨਾ ਲੱਗਦਾ ਸਮਝ ਨਹੀਂ ਪੈਂਦੀ ਉਹਨਾਂ ਨੂੰ ਛਾਪੇ ਦੀ ਖਬਰ ਕਿੱਥੋਂ ਮਿਲਦੀ ਹੈ ਡੀਐਸਪੀ ਹਰ ਵਾਰ ਰੱਖ ਕੇ ਆਖਦਾ ਕਈ ਸ਼ੱਕੀ ਸਪਾਈ ਉਹਨੇ ਬਦਲਤੇ ਬਿਨਾ ਕਿਸੇ ਨੂੰ ਵੀ ਕਿਸੇ ਨੂੰ ਦੱਸੇ ਵੀ ਛਾਪੇ ਪਏ ਸੀ ਪਰ ਉਹ ਸਫਲ ਨਹੀਂ ਸੀ ਹੋ ਸਕੇ ਡੀਐਸਪੀ ਨੂੰ ਸਰਦਾਰਾਂ ਤੇ ਸ਼ੱਕ ਸੀ ਉਹਨਾਂ ਨਾਲ ਕੋਈ ਗੱਲ ਬਾਹਰ ਨਿਕਲਣ ਦਾ ਹੋਰ ਕੋਈ ਸਾਧਨ ਨਹੀਂ ਸੀ ਉਹਦਾ ਸ਼ੱਕ ਯਕੀਨ ਚ ਵੱਟ ਗਿਆ ਜਦੋਂ ਉਹਨੇ ਬਿਨਾ ਸਰਦਾਰਾਂ ਨੂੰ ਦੱਸੇ ਇੱਕ ਦਿਨ ਛਾਪਾ ਮਾਰਿਆ ਉਸ ਦਿਨ ਕਈ ਉਹਦੇ ਕਾਬੂ ਆ ਗਏ ਮਾਸਟਰ ਤੇ ਜੇਲੇ ਨੂੰ ਕਾਬੂ ਕਰਨ ਚ ਉਹਨੂੰ ਕੁਝ ਜ਼ਿਆਦਾ ਹੀ ਖੁਸ਼ੀ ਹੋ ਰਹੀ ਸੀ ਤਰਕਾਲਾਂ ਤੱਕ ਨੂੰ ਨਨਕੂਟਾ ਪਾੜਿਆ ਗਿਆ ਸਾਰਾ ਦਿਨ ਉਹਨਾਂ ਦੀਆਂ ਗਾਲਾਂ ਦੂਰ ਤੱਕ ਸੁਣਾਈ ਦਿੰਦੀਆਂ ਰਹੀਆਂ ਡਰਦੇ ਲੋਕਾਂ ਨੇ ਦਰਵਾਜ਼ੇ ਬੰਦ ਕਰ ਲਏ ਅੰਗ 42 ਤਿੰਨ ਮਹੀਨੇ ਅੰਦਰ ਰਹਿ ਕੇ ਚੰਗੇ ਖਾਸੀ ਹੱਡ ਤੋੜਾ ਕੇ ਵੀ ਉਹਨਾਂ 'ਚ ਕੋਈ ਅੰਤਰ ਸਰਦਾਰਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ 6 ਦੇ 6 ਸੋ ਕੋ ਹੋਰ ਵੀ ਖੁੱਲਮ ਖੁੱਲੀਆਂ ਗੱਲਾਂ ਕਰਨ ਲੱਗ ਪਏ ਸਰਦਾਰਾਂ ਨੂੰ ਸਮਝ ਨਹੀਂ ਸੀ ਆਉਂਦੀ ਥਾਣੇ ਵਾਲਿਆਂ ਨੇ ਤਿੰਨ ਮਹੀਨੇ ਉਹਨਾਂ ਨੂੰ ਸਿੱਧੇ ਕਰਨ ਚ ਲਾਇਏ ਸੀ ਜਾਂ ਕੋਈ ਖਾਸ ਟ੍ਰੇਨਿੰਗ ਦੇਣ ਉਦੋਂ ਤੋਂ ਉਹ ਉਰਵੀ ਸਿਆਣੀ ਹੋ ਗਏ ਲੱਗਦੇ ਸੀ ਮੋੜ ਇੱਕ ਇੱਕ ਕਰਕੇ ਉਹਨਾਂ ਨਾਲ ਜੁੜਦੇ ਲੋਕਾਂ ਨੂੰ ਦੇਖ ਕੇ ਜਦੋਂ ਸਰਦਾਰ ਦੇ ਮੁੰਡੇ ਜ਼ਹਿਰ ਨੂੰ ਛੋਟੀ ਉਮਰੇ ਖਤਮ ਕਰਨ ਦੀ ਕੋਈ ਯੋਜਨਾ ਬਣਾਉਂਦੇ ਸਰਦਾਰ ਹਰ ਵਾਰ ਸਿਰ ਫੇਰ ਦਿੰਦਾ ਦੰਦ ਪੀਸਦੇ ਉੱਚਪ ਕਰ ਜਾਂਦੇ ਸਰਦਾਰ ਦੀ ਢਿੱਲ ਮੜ ਪਿਛਲੀਆਂ ਘਟਨਾਵਾਂ ਸੁਰਜੀਤ ਕਰਨ ਨੂੰ ਖੁੱਲਾ ਸੱਦਾ ਸੀ ਬਿੱਲੂ ਮਾਸਟਰ ਜੈਲਾ ਤੇ ਹੋਰ ਲੱਲੀ ਛੱਲੀ ਉਵੇਂ ਹੀ ਕਾਂ ਕੱਢੀ ਫਿਰਦੇ ਸੀ ਇਹਨਾਂ ਦਾ ਕੋਈ ਨਾ ਕੋਈ ਇਲਾਜ ਜ਼ਰੂਰੀ ਸੀ ਜਿਵੇਂ ਅਸੀਂ ਇਸ ਬੁੱਢੇ ਪਿੱਛੇ ਲੱਗਦੇ ਰਹੇ ਸਾਨੂੰ ਸਭ ਕਾਸੇ ਤੋਂ ਹੱਥ ਧੋਣੇ ਪੈਣੇ ਆ। ਆਹ ਦਲਿਤ ਦੀ ਚੁੱਕ ਚਾਇਆ ਸਾਨੂੰ ਕੁਝ ਨਹੀਂ ਕਰਨ ਦਿੰਦਾ। ਉਹਨੂੰ ਤਾਂ ਆਪਣੇ ਪੁੱਤ ਦਾ ਹੇਜ ਮਾਰਦਾ। ਇੱਕ ਵਾਰ ਉਹਨਾਂ ਫੈਸਲਾ ਕੀਤਾ। ਉਹ ਤੋਂ ਅਗਲੀਆਂ ਬੈਠਾਂ ਸਰਦਾਰ ਤੋਂ ਬਿਨਾਂ ਹੀ ਹੋਣ ਲੱਗੀਆਂ। ਇਸ ਤਰ੍ਹਾਂ ਦੀਆਂ ਬੈਠਕਾਂ 'ਚ ਜਲਦੀ ਉਹ ਕਿਸੇ ਸਿੱਟੇ ਤੇ ਅਪੜ ਜਾਂਦੇ। ਇੱਕ ਇੱਕ ਕਰਕੇ ਉਹਨਾਂ ਸਭ ਨੂੰ ਲਪੇਟਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਮਾਸਟਰ ਤੇ ਸੀ। ਦੀਪ ਨੂੰ ਪੁਲਿਸ ਤੋਂ ਮਰਵਾ ਦੇਣ ਦੇ ਹੱਕ ਚ ਸੀ ਨਵੇਂ ਡੀਐਸਪੀ ਨਾਲ ਉਹ ਚੰਗਾ ਖਾਣ ਪੀਣ ਸੀ ਉਹ ਖੁਦ ਵੀ ਤਾਂ ਨੇਤਾ ਆਖਦਾ ਸੀ ਅੱਜ ਕੱਲ ਤਾਂ ਆਪਾਂ ਬਾਦਸ਼ਾਹ ਇਸ ਇਲਾਕੇ ਦੇ ਕੋਈ ਲਾਕ ਡਾਟ ਹੈ ਤਾਂ ਕੱਢ ਦਿੰਨੇ ਆ ਪੁਲਿਸ ਮੁਕਾਬਲਾ ਹੀ ਆਖਣਾ ਜਿੰਨੇ ਮਰਜੀ ਡੁੱਕ ਦੀ ਫੇਰ ਨਾਖੀ ਕਾਦੀ ਜਾ ਰਹੀ ਹੈ ਤੇ ਉਹ ਇਸ ਯਾਰੀ ਦਾ ਫਾਇਦਾ ਉਠਾਣਾ ਚਾਹੁੰਦਾ ਸੀ ਪਰ ਸਭ ਤੋਂ ਛੋਟਾ ਇਹਦੇ ਹੱਕ ਚ ਨਹੀਂ ਸੀ ਉਸ ਨਾਲ ਕਿੰਨੀ ਵੀ ਯਾਰੀ ਸੀ 5-4000 ਤਾਂ ਮਾਮੂਲੀ ਗੱਲ ਸੀ ਉਹਦਾ ਵਿਚਾਰ ਮਾਸਟਰ ਨੂੰ ਕਿਸੇ ਖਲ ਖੁੰਝੇ ਸੁੱਟਣ ਦਾ ਸੀ ਡੀਓ ਦੇ ਸਾਲੇ ਦਾ ਸਾਡੂ ਸੀ ਮਾਸਟਰ ਦੀ ਬਦਲੀ ਤੋਂ ਵੀ ਪਹਿਲਾਂ ਛਿੰਦਰ ਤੇ ਬੱਗਾ ਉਹਨਾਂ ਦੀ ਲਪੇਟ 'ਚ ਆ ਗਏ ਦਿਨ ਚੜਦੇ ਉਹਨਾਂ ਦੀਆਂ ਚੀਕਾਂ ਪਿੰਡ 'ਚ ਗੂੰਜਣ ਲੱਗੀਆਂ ਕਿਸੇ ਦੀ ਹਿੰਮਤ ਨਾ ਪਈ ਉਹਨਾਂ ਨੂੰ ਕੋਈ ਪੁੱਛ ਸਕੇ ਉਹਨਾਂ ਉੱਤੇ ਗਵਾਂਢੀ ਪਿੰਡ ਹੋਇਆ ਵਿਸਵੇਦਾਰ ਦੇ ਖੂਨ ਦਾ ਦੋਸ਼ ਲੱਗਿਆ ਸੀ ਅਗਲੇ ਦਿਨ ਪਿੰਡ 'ਚ ਫੇਰ ਛਾਪਾ ਪਿਆ ਸ਼ਰਾਬ ਦੀ ਪੱਟੀ ਚਲਾਉਣ ਦੇ ਦੋਸਤ ਮਿੰਦਰ ਤੇ ਛੱਜੂ ਦੇ ਹੱਤਕੜੀਆਂ ਲੱਗ ਗਈਆਂ ਮਾਸਟਰ ਜਿਹੜਾ ਮਾੜੀ-ਮੋਟੀ ਭਜਨਾਟ ਕਰਦਾ ਸੀ ਉਹਦੀ ਬਦਲੀ ਦੇ ਵੀ ਆਰਡਰ ਆ ਗਏ। ਕਈ ਦਿਨ ਮਾਸਟਰ ਇੱਧਰ ਉੱਧਰ ਭਜਿਆ ਦਫ਼ਤਰਾਂ 'ਚ ਘੋੜੇ ਦਿੱਤੇ। ਜੇ ਕਿਤੇ ਬਦਲੀ ਰੁਕ ਜਾਈ ਪਰ ਲੋਕਾਂ 'ਚ ਫੈਲਿਆ ਸਹਿਮ ਉਹਦੀ ਕੋਈ ਸਹਾਤਾ ਕਰਨ ਨੂੰ ਤਿਆਰ ਨਹੀਂ ਸੀ। ਜੋ ਕਰੂ ਆਪੇ ਭਰੂ। ਅਸੀਂ ਨਹੀਂ ਆਪਣੇ ਜਵਾਕ ਭੁੱਖੇ ਮਾਰਨੇ ਜਿਵੇਂ ਮਰਜ਼ੀ ਨਿਬੇੜੋ। ਸਾਨੂੰ ਕੀ? ਕਈਆਂ ਨੇ ਮਾਸਟਰ ਤੇ ਵਿਅੰਗ ਕੱਸੇ ਨਗੋਚਾਂ ਕੱਢੀਆਂ ਇੱਕ ਦੋਨੇ ਗਾਲਾਂ ਵੀ। ਅਸਫਲਤਾ ਮਾਸਟਰ ਤੋਂ ਚੱਲ ਨਾ ਹੋਈ। ਕਈ ਦਿਨ ਅੰਦਰ ਵੜਿਆ ਟੁੱਟੀ ਗੰਢਣ ਦਾ ਯਤਨ ਕਰਦਾ ਰਿਹਾ। ਤਰਖਲਾਤ ਦੋ ਵੱਧ ਵਿਗੜ ਗਏ ਫਿਰ ਇੰਜ ਹੀ ਪਤਾ ਲੱਗਿਆ ਜਦੋਂ ਇੱਕ ਦਿਨ ਉਹ ਪਿੰਡ ਛੱਡ ਗਿਆ ਸਾਰੀ ਟੋਲੀ ਇੱਕ ਇੱਕ ਕਰਕੇ ਵਿਛੜਦੀ ਜਾ ਰਹੀ ਸੀ ਚਾਰ ਅੰਦਰ ਹੋ ਗਏ ਸੀ ਮਾਸਟਰ ਉਹਨਾਂ ਪਿੰਡ ਛੱਡ ਗਿਆ ਸੀ ਜੋ ਪਿੰਡ 'ਚ ਮਾੜਾ ਮੋਟਾ ਹੰਗਾਰਾ ਭਰਦੇ ਸੀ ਉਹ ਵੀ ਮੂੰਹ ਫੇਰ ਗਏ ਰਹਿਦ ਖੋਨ ਤੇ ਹੌਸਲੇ ਪਹਿਲਾਂ ਹੀ ਠੰਢੀ ਕਲਾਤ ਸੀ ਮਾਸਟਰ ਦੇ ਜਾਣ ਨਾਲ ਉਹਨਾਂ ਦਾ ਲੱਕ ਬਿਲਕੁਲ ਹੀ ਟੁੱਟ ਗਿਆ ਦੇਖਦੇ ਦੇਖਦੇ ਸਾਧੂ ਦੀ ਧੀ ਕਿਧਰੇ ਲੋਪ ਹੋ ਗਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੜਦੀਆਂ ਕਈਆਂ ਨਾਲ ਉਹਦਾ ਨਾਂ ਜੋੜਿਆ ਗਿਆ ਉਸ ਰਾਤ ਬਿੱਲੂ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਉਹਨੂੰ ਪਤਾ ਸੀ ਇਹ ਚੱਕਰ ਸਿਰਫ ਉਹਨੂੰ ਜੈਲੇ ਨੂੰ ਤੇ ਜਾਂ ਫਿਰ ਦੋਨਾਂ ਨੂੰ ਹੀ ਫਸਾਉਣ ਲਈ ਚੱਲਿਆ ਸੀ। ਉਹਦੀ ਰਾਤ ਉੱਠਿਆ ਧੜਕਦੇ ਦਿਲ ਨਾਲ ਜੈਲੇ ਕੋਲ ਲੱਪੜਿਆ। ਮੇਰਾ ਖਿਆਲ ਹੈ ਕੁੜੀ ਕਿਧਰੇ ਢੀ ਗਈ। ਸਰਪੰਚ ਦੀ ਕੋਠੀ ਹੋਣੀ ਹੈ। ਵਾਰੀ ਹੁਣ ਆਪਣੀ ਆਈ ਹੈ। ਹੁੰਦਾ ਕੋਈ ਇੰਤਜ਼ਾਮ ਤਾਂ ਕਰ। ਪਰ ਜੈਲਾ ਚੁੱਪ ਰਿਹਾ। ਆਪਣੇ ਦਿਲ ਦੀਆਂ ਬਿੱਲੂ ਨੂੰ ਦੱਸ ਨਹੀਂ ਸੀ ਸਕਦਾ। ਉਹ ਕਿਵੇਂ ਦੱਸਦਾ? ਜਸਬੀਰ ਨਾਲ ਮਿਲ ਕੇ ਉਹਨੇ ਸਰਦਾਰ ਦਾ ਸਾਰਾ ਕੁੰਬਾ ਤਬਾਹ ਕਰਨ ਦੀ ਯੋਜਨਾ ਬਣਾਈ ਸੀ। ਕਲ ਰਾਤ ਜਸਪੀਰ ਨੇ ਬੰਬ ਲਿਆਉਣਾ ਸੀ ਤੇ ਪਰਸੋਂ ਤੱਕ ਤਾਂ ਜੈਲੇ ਦੀ ਲਗਾਤਾਰ ਚੁੱਪ ਨੇ ਬਿੱਲੂ ਨੂੰ ਬੁਰੀ ਤਰ੍ਹਾਂ ਚੜਾ ਦਿੱਤਾ ਠੀਕ ਹੈ ਵੀ ਠੀਕ ਹੈ ਤੈਨੂੰ ਕਾਹਦਾ ਫਿਕਰ ਹੈ ਤੇਰੀ ਮਾਂ ਦਾ ਹੱਥ ਹੈ ਤੇਰੇ ਤੇ ਜੈਲਾ ਸਿਰਫ ਮੁਸਕਰਾਇਆ ਬਿੱਲੂ ਦਾ ਕੋਈ ਕਸੂਰ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ ਮੋੜ ਕਦੇ ਬਿੱਲੂ ਪਿੰਡ 'ਚ ਨਜ਼ਰ ਨਾ ਆਇਆ ਸਾਧੂ ਦੀ ਧੀ ਇੱਥੇ ਜੇ ਦਿਨ ਸਹੀ ਸਲਾਮਤ ਵਾਪਸ ਆ ਗਈ ਉਹ ਕਿੱਧਰ ਗਈ ਸੀ ਮਾਸੀ ਕੋਲ ਗਿਆ ਬੰਦਾ ਕਿਤੇ ਘਰੋਂ ਤਾਂ ਨਹੀਂ ਨਿਕਲ ਜਾਂਦਾ ਅੰਗ 43 ਸੋਨੂੰ ਮੈਂ ਪੰਜਾਹ ਵਰੀ ਆਖਿਆ ਇਹਦਾ ਫਾਹਾ ਵੱਡ ਸੁੱਟੋ ਹੋਰ ਤੇ ਨਾਲ ਜੇ ਉਹ ਸਾਡੀ ਮੌਤ ਦਾ ਕਾਰਨ ਨਾ ਬਣਿਆ ਮੇਰਾ ਨਾਂ ਵਟਾ ਦਿਓ ਕਬਰਾਇ ਸਰਬਜੀਤ ਨੇ ਇੱਕ ਦਿਨ ਬਾਕੀਆਂ ਨੂੰ ਸੁਚੇਤ ਕੀਤਾ ਮੈਂ ਤਾਂ ਆਪ ਆਖਦਾ ਜਸਵੀਰ ਨੂੰ ਖਤਮ ਕਰਨ ਲਈ ਜਸਵੀਰ ਨੂੰ ਖਤਮ ਕਰਨ ਨਾਲ ਕੋਈ ਕੰਮ ਤਾਂ ਨਹੀਂ ਮੁੱਕ ਗਿਆ ਬਿੱਲੂਓ ਦਾ ਪਿਓ ਬਣ ਗਿਆ ਨਿਤ ਬਾਰਾਂਬੌਰ ਦੀ ਪਾਈ ਪੰਜਾਂ ਚਾਰਾਂ ਨੂੰ ਨਾਲ ਲਈ ਸ਼ਰਿਆਂ ਪਿੰਡ ਚ ਘੁੰਮਦਾ ਜਿੰਨਾ ਚਿਰ ਜੇਲਾ ਫਿਰਦਾ ਸਾਡਾ ਖਤਰਾ ਟਲ ਨਹੀਂ ਸਕਦਾ ਪਤਾ ਨਹੀਂ ਕੰਜਰ ਕਿੰਨੇ ਕਿੰਨੇ ਕਨੇ ਕੀੜੇ ਵਾਂਗੂ ਵੱਧੇ ਜਾਂਦੇ ਨੇ ਥਾਣੇਦਾਰ ਤਾਂ ਸਾਫ਼ ਮੁੱਕਰ ਗਿਆ ਕਹਿੰਦਾ ਮੈਂ ਵੱਡੇ ਸਰਦਾਰ ਨੂੰ ਨਾਰਾਜ਼ ਨਹੀਂ ਕਰਨਾ ਉਹ ਮੁੰਡੇ ਨੂੰ ਕਟਾਉਣ ਦੇ ਹੱਕ ਚ ਨਹੀਂ ਇਸ ਬੁੜੇ ਨੇ ਬੜਾ ਲਹੂ ਪੀਤਾ ਜਦੋਂ ਦੀ ਇਹ 달ਿਤ ਘਰ ਘਰੇਵਾੜੀ ਹੈ ਪਿੰਡ ਖੜਨ ਜੋਗੇ ਨਹੀਂ ਰਹੇ ਹੁਣ ਸਾਡੇ ਕੰਮਾਂ 'ਚ ਰੋੜੇ ੜਾਉਂਦਾ ਜੋ ਕਹਿੰਦਾ ਕਹੀ ਜਾਏ ਇਹ ਕੰਮ ਅਸੀਂ ਖੁਦ ਵੀ ਕਰ ਸਕਦੇ ਹਾਂ ਅਸੀਂ 4ਾਂ ਝੋਟਿਆਂ ਵਰਗੇ ਇੱਕ ਇੱਕ ਬੋਟੀ ਨਹੀਂ ਆਉਣੀ। ਥਾਣੇਦਾਰਾਂ ਦਾ ਕੀ ਆਚਾਰ ਪਾਉਣੇ? ਆਥਰ ਨੂੰ ਛੱਡ ਦਿੰਦੇ ਨੇ। ਜਦੋਂ ਮੌਕਾ ਮਿਲੇ ਕੰਮ ਵੀ ਨਬੇੜੋ। ਭਾਵੇਂ ਕਿੰਨੇ ਵੀ ਪੈਸੇ ਖਰਚਣੇ ਪੈਣ। ਇਸ ਮੌਕੇ ਲਈ ਉਹਨਾਂ ਨੂੰ ਬਹੁਤੀ ਦਿਨ ਉਡੀਕਣਾ ਨਾ ਪਿਆ। ਜਿਸ ਦਿਨ ਚੌਧਰੀ ਦਾ ਵਕੀਲ ਪੁੱਤ ਪਿੰਡ ਆਇਆ, ਉਸੇ ਦਿਨ ਉਹ ਉਸ ਨਾਲ ਸ਼ਰਾਬ ਪੀਣ, ਪਿੰਡ 'ਚ ਗੇੜੇ ਦੇਣ ਤੇ ਹੋਰ ਗੁੰਡੇ ਗਰਦੀਆਂ 'ਚ ਰੁੱਝੇ ਰਹੇ। ਕਣਕਾਂ ਵੱਢ ਲਈਆਂ ਗਈਆਂ ਸੀ। ਚੌਧਰੀ ਤੇ ਮੁਜਾਰੇ ਕਈ ਦਿਨਾਂ ਤੋਂ ਦਾਣੇ ਕੱਢਣ 'ਚ ਰੁੱਝੇ ਸੀ। ਜੇਲਾ ਦੂਰ ਹਟਾਂ ਤਾਂ ਉਹ ਗਿਆਇਆ ਸੀ ਬਾਕੀ ਰਹਿੰਦੀਆਂ ਸਾਰੀਆਂ ਪੰਜ 10 ਭਰੀਆਂ ਨੂੰ ਵਿੱਚੇ ਛੱਡ ਕੇ ਉਹ ਸੌਣਾ ਨਹੀਂ ਸੀ ਚਾਹਦਾ ਨਾਲ ਦੇ ਕਮਰੇ 'ਚ ਸਰਦਾਰ ਤੇ ਚੌਧਰੀ ਦੇ ਮੁੰਡਿਆਂ ਦੀਆਂ ਸ਼ਰਾਬੀ ਆਵਾਜ਼ਾਂ ਉਹਨੂੰ ਕਦੇ-ਕਦੇ ਖਤਰੇ ਦਾ ਪ੍ਰਤੀਕ ਨਜ਼ਰ ਆਉਂਦੀਆਂ ਅੱਗੇ ਨਾ ਪਿਛੇ ਕਦੇ ਇਕੱਠੇ ਨਹੀਂ ਸੀ ਹੋਏ ਪਰ ਜੋ ਚੌਧਰੀ ਦੇ ਵਕੀਲ ਪੁੱਤ ਨਾਲ ਹੀ ਉਹ ਕੁਲੇ ਮਿਲੇ ਬੈਠੇ ਸੀ ਜਿਵੇਂ ਸਦੀਆਂ ਦੀ ਯਾਰੀ ਹੋਵੇ ਪਰ ਆਪਣੇ ਮਨ ਦਾ ਵਹਿਮ ਸਮਝ ਕੇ ਉਹ ਗੱਲ ਆਈ ਗਈ ਕਰ ਦਿੰਦਾ ਜਸਵੀਰ ਦੇ ਖੂਨ ਨਾਲ ਉਹਦਾ ਦਿਲ ਟੁੱਟ ਗਿਆ ਸੀ ਉਸੇ ਦਿਨ ਤੋਂ ਚੁੱਪ ਸੀ ਤੇ ਆਪਣੇ ਸੁਪਨੇ ਉਹਨੂੰ ਧੁੰਦਲੇ ਨਜ਼ਰ ਆ ਰਹੇ ਸੀ। ਕਈ ਵਾਰ ਵਕੀਲ ਨੇ ਉਹਨੂੰ ਪੀਣ ਲਈ ਮਜਬੂਰ ਕੀਤਾ ਸੀ ਪਰ ਹਰ ਵਾਰ ਉਹ ਨਾ ਕਰਦਾ। ਕੰਮ ਕਰੇ ਜਾਂ ਪੀਏ ਉਹਨੂੰ ਸਮਝ ਨਹੀਂ ਸੀ ਆ ਰਹੀ। ਇੰਜਨ ਦੇ ਸ਼ੋਰ ਚ ਜੇਲੇ ਨੂੰ ਨਾਲ ਦੇ ਕਮਰੇ ਦੀ ਕੋਈ ਸੂਹ ਨਹੀਂ ਸੀ ਮਿਲਦੀ। ਉਹਨੂੰ ਕੋਈ ਪਤਾ ਨਹੀਂ ਸੀ। ਜਦੋਂ ਉਹ ਕਮਰੇੋਂ ਨਿਕਲੇ ਕਦੋਂ ਜੇਲੇ ਦੇ ਝੱਟੇ ਉਹਨੂੰ ਸਿਰਫ ਉਸ ਸਮੇਂ ਪਤਾ ਲੱਗਿਆ ਜਦੋਂ ਰੁਕ ਦੇਣ ਲੱਗੇ ਜੇਲੇ ਦੀਆਂ ਬਾਹਾਂ ਮਸ਼ੀਨ 'ਚ ਧੱਕ ਦੇਣ ਲਈ ਜ਼ੋਰ ਲਾ ਰਹੇ ਸੀ। ਪਥਰਾਈਆਂ ਅੱਖਾਂ ਨਾਲ ਜੈਲਾ ਸਿਰਫ ਦੇਖਦਾ ਰਿਹਾ ਕੀ ਹੋ ਗਿਆ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਦੇਖਦੇ-ਦੇਖਦੇ ਉਹਦੀਆਂ ਬਾਹਾਂ ਰੁੱਗਾਂ ਦੇ ਨਾਲ ਹੀ ਥਰੇਸ਼ਰ 'ਚ ਧਸੀਆਂ ਤੇ ਕੜਕੜ ਕਰਕੇ ਕੁਤਰੀਆਂ ਗਈਆਂ ਪੂਰੇ ਜ਼ੋਰ ਨਾਲ ਜਦੋਂ ਉਹਨੇ ਬਾਹਾਂ ਧੋਈਆਂ ਉਹ ਡੌਲਿਆਂ ਤੱਕ ਕੱਟ ਚੁੱਕੀਆਂ ਸੀ ਲਹੂ ਨੁੱਚੜਨੇ ਡੌਲੇ ਕੁਝ ਦੇਰ ਹਵਾ 'ਚ ਘੁੰਮਦੇ ਰਹੇ ਲਹੂ ਦੇ ਗਾੜੇ ਛਿੱਟਿਆਂ ਨਾਲ ਚਾਰੇ ਪਾਸੇ ਲਾਲ-ਲਾਲ ਨਿਸ਼ਾਨੀ-ਨਿਸ਼ਾਨ ਪੈ ਗਏ ਕਈ ਘੁੰਮਣ ਘੇਰੀਆਂ ਜੈਲੇ ਦੇ ਦਿਮਾਗ ਝੁੱਠੀਆਂ ਸਾਹੋ-ਸਾਹੋ ਬੈਠ ਗਿਆ ਫਿਰ ਢੇਰ ਹੋ ਗਿਆ ਸਰਦਾਰ ਦੇ ਮੁੰਡਿਆਂ ਦੀਆਂ ਹੱਸਣ ਦੀਆਂ ਤੇ ਉਸ ਨਾਲ ਕੰਮ ਕਰਦੇ ਮੁਜਾਰਿਆਂ ਦੀਆਂ ਰੌਣਹਾਂ ਖੀਆਂ ਆਵਾਜ਼ਾਂ ਕੁਛ ਦੇਰ ਉਹਦੇ ਕੰਨਾਂ 'ਚ ਗੂੰਜੀਆਂ ਤੇ ਫਿਰ ਅੰਗ 44ਵਾਂ ਕਮਰੇ 'ਚ ਮੌਤ ਵਰਗਾ ਸਨਾਟਾ ਸੀ ਕਦੇ ਦਵਾਈ ਦੇਣ ਕਦੇ ਚੀਜ਼ ਇਧਰ-ਉਧਰ ਕਰਨ ਕਦੇ-ਕਦੇ ਮਰੀਜ਼ ਦੇ ਖੰਗਣ ਦੀ ਆਵਾਜ਼ ਤੋਂ ਬਿਨਾ ਕਿਦਰੇ ਕੋਈ ਆਵਾਜ਼ ਨਹੀਂ ਸੀ ਅੱਠਾਂ ਬੈੱਡਾਂ ਦੇ ਇਸ ਨਿੱਕੇ ਜਿਹੇ ਕਮਰੇ ਵਿੱਚਲੇ ਸਾਰੇ ਮਰੀਜ਼ਾਂ ਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਦੀਆਂ ਨਿਗਾਹਾਂ ਘੁੰਮ ਘੁਮਾ ਕੇ ਜੈਲੀ ਉੱਪਰ ਆ ਟਿਕਦੀਆਂ ਤਿੰਨਾਂ ਦਿਨਾਂ ਤੋਂ ਬੇਸੁਰਤ ਪਏ ਜੇਲੇ ਦਾ ਚਿਹਰਾ ਪੀਲਾ ਭੂਖ ਹੋਇਆ ਪਿਆ ਸੀ ਮਲਮਲ ਦੇ ਬਰੀਕ ਕਪੜੇ ਨਾਲ ਕੱਜੇ ਸਰੀਰ ਹੀਟ ਹੋ ਵੀ ਉਹਦੀਆਂ ਡੋਲਿਆਂ ਤੱਕ ਕਟੀਆਂ ਬਾਹਾਂ ਸਾਫ਼ ਦਿਖਾਈ ਦੇ ਰੀਆਂ ਸੀ ਉਹਦੇ ਸਹਰਾਣੇ ਬੈਠਾ ਬਿੱਲੂ ਉਹ ਤੋਂ ਵੀ ਉਦਾਸ ਸੀ ਕਦੇ ਉਹਦੇ ਕਪੜੇ ਠੀਕ ਕਰਦਾ ਕਦੇ ਕੁਝ ਮੂੰਹ ਚ ਪਾਉਂਦਾ ਕਦੇ ਪੱਖਾ ਝਲਣ ਲੱਗ ਪੈਂਦਾ ਬਿੱਲੂ ਵਰਗੇ ਇੱਕ ਸਾਦ ਮੁਰਾਦੇ ਨੌਜਵਾਨ ਦੇ ਕਮਰੇ 'ਚ ਪ੍ਰਵੇਸ਼ ਕਰਨ ਨਾਲ ਕਮਰੇ ਦੀ ਸ਼ਾਂਤੀ ਭੰਗ ਹੋ ਗਈ ਉਹਦੇ ਚਿਹਰੇ ਤੋਂ ਸਾਫ਼ ਦਿਸਦਾ ਸੀ ਜੇਲੇ ਦੀ ਹਾਲਤ ਦੇਖ ਕੇ ਉਹਨੂੰ ਗਹਿਰਾ ਸਦਮਾ ਪੁੱਜਾ ਸੀ ਕਈ ਮਿੰਟ ਚੁੱਪ ਜਾ ਬੈਠਾ ਉਹ ਜੈਲੇ ਵਾਲ ਤੱਕਦਾ ਰਿਹਾ ਕੀ ਹਾਲ ਹੈ ਬੋਲਿਆ ਕਿ ਨਹੀਂ ਕੋਈ ਫਰਕ ਨਹੀਂ ਪਿਆ ਇੱਕ ਵਾਰ ਸੁਰਤਾਈ ਸੀ ਕਟੀਆਂ ਬਾਹਾਂ ਦੇਖ ਕੇ ਫਿਰ ਬੇਸੁਰਤ ਹੋ ਗਿਆ ਡਾਕਟਰ ਨੂੰ ਮਿਲਿਆ ਸੀ ਕੀ ਆਖਦਾ ਕੀ ਪੁੱਛਦਾ ਇਹੋ ਜੇ ਫਸਿਆ ਕੁਝ ਆਖ ਵੀ ਨਹੀਂ ਹੁੰਦਾ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਬਾਹਾਂ ਕੱਟ ਜਾਣਾ ਇਹਨਾਂ ਲਈ ਮਖੌਲ ਹੈ ਕੌਣ ਆਪਣੇ ਫਰਜ਼ ਪਛਾਣਦਾ ਪਹਿਲੇ ਦਿਨ ਆਇਆ ਸੀ ਮੇਰੇ ਸ਼ਕਲ ਨਹੀਂ ਦਿਖਾਈ ਮੈਂ ਤੁਹਾਨੂੰ ਹੁਣ ਇਹਦਾ ਕੀ ਹਾਲ ਦੱਸਾਂ ਕਬਰਾਇਆ ਨਾ ਕਰ ਸਮੇਂ ਸਮੇਂ ਦੀ ਗੱਲ ਆ ਅੱਜ ਇਹਨਾਂ ਦਾ ਕਦੇ ਸਾਡਾ ਵੀ ਆਜੂ ਉਹ ਮਾੜੀ ਤਾਂ ਕਿਸਮਤ ਐਸੀ ਦੀ ਐ ਸਾਰਾ 2 ਮਿੰਟ ਦਾ ਫਰਕ ਰਹਿ ਗਿਆ ਜਿਵੇਂ ਪਹਿਲਾਂ ਅੱਪੜ ਜਾਂਦਾ 2-3 ਤਾਂ ਰਗੜ ਦਿੱਤੇ ਹੁੰਦੇ ਅਸੀਂ ਬਿਲਕੁਲ ਲੈਸ ਸੀ ਪਰ ਹੁਣ ਕੀ ਬਣਦਾ ਜਿਹੜਾ ਹੋਣਾ ਸੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦਾ ਫਿਰ ਕੀ ਹੋ ਗਿਆ ਹੌਸਲਾ ਹੋਣਾ ਚਾਹੀਦਾ ਸਭ ਕੁਝ ਬਣ ਜਾਂਦਾ ਜੇ ਹਿੰਮਤ ਨਾ ਰਹੇ ਸਾਹਮਣੇ ਦਿੱਸਦੀ ਮੰਜ਼ਿਲ ਵੀ ਪਹੁੰਚ ਹੋ ਜਾਂਦੀ ਐ ਇਹਨਾਂ ਦੀਆਂ ਹੌਲੀ ਹੌਲੀ ਹੁੰਦੀਆਂ ਗੱਲਾਂ ਆਲੇ ਦੁਆਲੇ ਵਾਲਿਆਂ ਦਾ ਧਿਆਨ ਖਿੱਚ ਰੀਆਂ ਸੀ ਸਾਹਮਣੇ ਪਿਆ ਅਦਖੜੂ ਮਰਦਾ ਲੈਕਚਰਰ ਖੱਬੇ ਪਾਸੇ ਵਾਲਾ ਬੁੱਢਾ ਤੇ ਉਹਨਾਂ ਦੇ ਆਲੇ ਦੁਆਲੇ ਵਾਲੇ ਲਗਭਗ ਸਾਰੇ ਇੱਕ ਇੱਕ ਕਰਕੇ ਆਪਣੇ ਮੰਜਿਆਂ ਤੇ ਬੈਠ ਗਏ ਪਰ ਇਹ ਤਾਂ ਬਣੂਗੀ ਕੁਝ ਦੇਰ ਬਾਅਦ ਨੌਜਵਾਨ ਨੇ ਫੇਰ ਗੱਲ ਤੋਰੀ ਇਹੀ ਤਾਂ ਮੈਂ ਸੋਚਦਾ ਇਸ ਲਈ ਹੁਣ ਇੱਕ ਬੰਦੇ ਦੀ ਜ਼ਰੂਰਤ ਹੈ ਇਹ ਬੰਦਾ ਕਿੱਥੋਂ ਆਊ ਸਾਡੇ ਕੋਲ ਤਾਂ ਮਿੰਟ ਦੀ ਵੇਲ ਨਹੀਂ ਆਪਾਂ ਅਹ ਦੀ ਸੇਵਾ ਤਾਂ ਮਾਂ ਜਾਂ ਮਾਂ ਕਰ ਸਕਦੀ ਹੈ ਜਾਂ ਆਪਣਾ ਟੱਬਰ ਮਾਂ ਦੀ ਸੁਣ ਲੈ ਪਤਾ ਕੀ ਬਿਆਨ ਦੇ ਕੇ ਗਈ ਹੈ ਆਖਦੀ ਐ ਜੈਲਾ ਨਸ਼ਾ ਖਾਂਦਾ ਸੀ ਕਈਆਂ ਰਾਤਾਂ ਤੂੰ ਗਿਆ ਆਇਆ ਸੀ ਨਾਲੇ ਕਹਿੰਦੀ ਹੁਣ ਇਹ ਤਾਂ ਇਹੋ ਆਖਣਾ ਸੀ ਹੋਰ ਇਹਦੇ ਹੱਕ 'ਚ ਪਿਆਨ ਦਿੰਦੀ ਉਹਨਾਂ ਦਾ ਕੌਨਫੀਡੈਂਸ ਨਹੀਂ ਬਣਾਈ ਰੱਖਣਾ ਰਹਿਣ ਦੇ ਯਾਰ ਮੈਨੂੰ ਤਾਂ ਉਹਦੇ ਤੇ ਹੁਣ ਯਕੀਨ ਨਹੀਂ ਰਿਹਾ ਜਿਵੇਂ ਆਖਦੇ ਹੁੰਦੇ ਨੇ ਜੇ ਇੱਕ ਵਾਰ ਚੂਹਾ ਸ਼ੇਰ ਬਣ ਜਾਏ ਮੁੜ ਚੂਹਾ ਬਣਨਾ ਪਸੰਦ ਨਹੀਂ ਕਰਦਾ ਸਰਦਾਰ ਉਹਦੇ ਸਾਹਾਂ 'ਚ ਸਾਹ ਲੈਂਦਾ ਉਹਨੂੰ ਹੁਣ ਸਾਡੇ ਨਾਲ ਕੀ ਕਿੰਨੇ ਵਾਰ ਉਹਨੂੰ ਆਖਿਆ ਹੁਣ ਮੌਕਾ ਹੁਣ ਮੌਕਾ ਪਰਚਕ ਕਿਸੇ ਦੇ ਦਿਲ ਦੀਆਂ ਕੌਣ ਜਾਣੇ ਫਿਰ ਵੀ ਸਾਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਜੇ ਹੁਣ ਵੀ ਉਹਨੇ ਕੁਝ ਨਾ ਕੀਤਾ ਫਿਰ ਦੇਖ ਲਾਂਗੇ ਲਓ ਜੀ ਅੱਜ ਕੱਲ ਤਾਂ ਯੁੱਗ ਦੇਖ ਲਓ ਮਾਂ ਵੀ ਪੁੱਤ ਦੇ ਵੈਰੀ ਹੋਣ ਲੱਗ ਪਈ ਜਿਵੇਂ ਸੌਰੀ ਪੁੱਤ ਨੂੰ ਹੀ ਮਰਵਾਉਣ ਤੇ ਤੁਲੀਏ ਕਾਫੀ ਧੀਰ ਤੋਂ ਬੋਲਣ ਦੀ ਤਾਕਤ ਖੱਬੇ ਪਾਸੇ ਬੈਠੇ ਵਾਲੇ ਬੁੱਢੇ ਨੇ ਆਪਣੀ ਗੱਲ ਥੋਰੀ ਇਸੇ ਨੂੰ ਤਾਂ ਪਦਾਰਥਵਾਦੀ ਯੁੱਗ ਆਖਦੇ ਆ ਕਿਸੇ ਨਾਲ ਵੀ ਮਾਂ ਪਿਓ ਪੁੱਤ ਧੀਆਂ ਵਾਲਾ ਰਿਸ਼ਤਾ ਨਹੀਂ ਰਹਿੰਦਾ ਆਪਣਾ ਉल्लू ਸਿੱਧਾ ਹੋਵੇ ਨੁਕਸਾਨ ਭਾਵੇਂ ਮਾਂ ਦਾ ਹੋਵੇ ਭਾਵੇਂ ਪਿਓ ਦਾ ਕੋਈ ਫਿਕਰ ਨਹੀਂ ਐਕਸੀਡੈਂਟ 'ਚ ਲੱਤਾਂ ਤੋੜਾਈ ਬੈਠਾ ਲੈਕਚਰਰ ਵੀ ਬੋਲਿਆ ਕਿਉਂ ਵੀ ਕਾਮਰੇਡਾ ਫੜਿਆ ਨਹੀਂ ਕੋਈ ਨਹੀਂ ਹਾਲੇ ਕੋਈ ਜਾ ਖਾਣਾ ਇੱਕ ਇੱਕ ਕਰਕੇ ਕਾਮਰੇਡਾਂ ਦੁਆਰੇ ਦਵਾਲੇ ਝੁਰਮਟ ਵੱਜ ਗਿਆ ਇਧਰੋਂ ਉਧਰੋਂ ਪ੍ਰਸ਼ਨਾਂ ਦੀ ਪਿਛਾੜ ਹੋਣ ਲੱਗੀ ਨਵੇਂ ਵੇ ਕੁਝ ਨਹੀਂ ਬਣਿਆ ਜੇ ਇਓਂ ਬਣਨ ਲੱਗ ਜੇ ਫਿਰ ਕਾਦੇ ਰੋਣੇ ਨੇ ਪੁਲਿਸ ਤਾਂ ਇਹਨਾਂ ਦੀ ਹੈ ਇਹਨਾਂ ਨੂੰ ਕਿਉਂ ਫੜੇ ਠੀਕ ਆ ਬਾਈ ਤੇਰੀ ਗੱਲ ਤੂੰ ਮੈਂ ਸੁਣਾਉਣਾ ਤੈਨੂੰ ਆਪਣੇ ਪਿੰਡ ਦੀ ਗੱਲ ਸਾਡੇ ਪਿੰਡ ਵੀ ਅਸੀਂ ਖੜੀ ਕੀਤੀ ਇਹੋ ਜੀ ਸਭਾ ਕਈ ਕੰਮ ਕੀਤੇ ਦੇਖਦੇ ਦੇਖਦੇ ਸਾਡੀ ਵੀ ਜ਼ਗੀਰਦਾਰਾਂ ਨਾਲ ਟੱਕਰ ਹੋ ਗਈ ਮੇਰੇ ਦੋ ਸਟੂਡੈਂਟ ਐ ਨਾ ਸੋਰਿਆ ਦਾਣੇ ਵਾਂਗੂ ਭੁੰਨਤੇ ਸ਼ਰੀਆਮ ਪਿੰਡ ਦੇ ਵਿਚਾਲੇ ਅਖੇ ਨਕਸ ਲਿਏ ਨੇ ਤੇ ਇਹਦੇ ਹਨੇਰ ਦਾ ਤਾਂ ਠਿਕਾਣਾ ਹੀ ਨਹੀਂ ਪਰ ਭਾਈ ਸਾਹਿਬ ਅਸੀਂ ਹੁਣ ਇਹਨਾਂ ਦੇ ਇਨਸਾਫ ਵੱਲ ਥੋੜਾ ਠੱਕਣਾ ਅਜਿਹਾ ਬਦਲਾ ਆਪ ਆਪਣੇ ਹੱਥਾਂ ਨਾਲ ਲੈਣਾ ਜਦੋਂ ਸੋਡੀਆਂ ਗੋਲੀਆਂ ਇਹਨਾਂ ਦੇ ਸੀਨੇ 'ਚੋਂ ਨਿਕਲੀਆਂ ਸਾਨੂੰ ਤਾਂ ਫੇਰ ਹੀ ਸਬਰ ਆਣਾ ਹੁਣ ਇਹਨਾਂ ਨਾਲੇ ਓਹੀ ਚਾਹੀਦਾ ਹੈ ਤਾਂ ਹੀ ਸੁਰਤ ਆਉ ਹੁਣ ਤਾਂ ਸ਼ੇਰ ਬਣੇ ਫਿਰਦੇ ਆ ਜਿਵੇਂ ਦੂਜਿਆਂ ਵਿੱਚ ਜਿੰਦ ਜਾਨ ਹੀ ਨਹੀਂ ਹੁੰਦੀ ਅਸਲੀ ਪੁੱਛੇ ਤਾਂ ਕਸੂਰ ਸਾਡਾ ਹੈ ਜਿਹੜੇ ਤਾਂ ਸਾਡੇ ਖਾਤਰ ਲੜਦੇ ਨੇ ਉਹਨਾਂ ਦੀ ਅਸੀਂ ਜਾਤ ਨਹੀਂ ਪਛਾਣਦੇ ਜਿਹੜੇ ਸਾਡੇ ਹੱਡ ਭਾਂਦੇ ਨੇ ਉਹਨਾਂ ਦੇ ਅਸੀਂ ਪੈਰਾਂ ਹੇਠ ਹੱਥ ਦਿੰਨੇ ਆ ਇਹਨਾਂ ਤਾਂ ਇਹਨਾਂ ਤਾਂ ਫਿਰ ਇਉਂ ਕਰਨਾ ਹੀ ਹੋਇਆ ਤੇਰੀ ਗੱਲ ਠੀਕ ਹੈ ਕਮ ਰੇਟਾ ਅਸੀਂ ਬੁੱਧੂ ਆਂ ਜਿਹੜੇ ਇਹਨਾਂ ਪਿੱਛੇ ਆਈ ਵਾਰੀ ਲੱਗ ਜਾਂਦੇ ਆ ਸਾਡੀਆਂ ਜੁੱਤੀਆਂ ਸਾਡਾ ਹੀ ਸਿਰ ਗੱਲਾਂ-ਗੱਲਾਂ 'ਚੋਂ ਭੁੱਲ ਗਏ ਕਿ ਅਸੀਂ ਪਿੰਡ ਦੀ ਆਬਾਦੀ 'ਚ ਨਹੀਂ ਸਗੋ ਇੱਕ ਸਰਕਾਰੀ ਹਸਪਤਾਲ 'ਚ ਬੈਠੇ ਇਹੋ ਜੇ ਕਮਰੇ 'ਚ ਜਿੱਥੇ ਬੋਲਣਾ ਮਨਾ ਸੀ ਕਮਰੇ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲਦੀਆਂ ਗੱਲਾਂ ਪ੍ਰਬੰਧਕਾਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਇੱਕ ਚਿੱਟ ਕਪੜੀ ਨਰਸ ਜੀ ਦਾ ਸਾ ਪੱਜੀ ਔਨ ਕਰਕੇ ਚੜ ਗਿਆ ਦੂਰੋਂ ਚਲਾਉਂਦੀ ਅੰਦਰ ਆਈ ਇਹ ਕਿਚੜੀਆ ਘਰ ਬਣਾ ਰੱਖਿਆ ਮਰੀਜ਼ਾਂ ਨੂੰ ਆਰਾਮ ਕਰਨ ਦਿਓ ਹਸਪਤਾਲ 'ਚ ਰਹਿਣ ਦੀ ਤਮੀਜ਼ ਸਿੱਖ ਲਓ ਤਮੀਜ਼ ਵਾਲੇ ਮੇਮ ਸਾਹਿਬ ਜੀ ਜਰਾ ਹੌਲੀ ਬੋਲੋ ਤੁਹਾਡਾ ਇਕੱਲਿਆਂ ਦਾ ਰੌਲਾ ਸਾਡੇ ਸਭ ਨਾਲੋਂ ਜ਼ਿਆਦਾ ਹੈ ਸਾਡੇ ਮਰੀਜ਼ ਦੀ ਹਾਲਤ ਨਾਜ਼ੁਕ ਹੈ ਬੋਲ ਰਿਹਾ ਬਿੱਲੂ ਦਾ ਚਿਹਰਾ ਪੱਖ ਉੱਠਿਆ ਤੈਨੂੰ ਕਿਸੇ ਨੇ ਰਿਸਪੈਕਟ ਕਰਨੀ ਨਹੀਂ ਸਿਖਾਈ ਢੰਗ ਨਾਲ ਬੋਲਣਾ ਤਾਂ ਇਹਨਾਂ ਗਵਾਰਾਂ ਨੂੰ ਆਉਂਦਾ ਹੀ ਨਹੀਂ ਸਾਨੂੰ ਟਿੱਚ ਸਮਝਦੇ ਆਂ ਕੌਣ ਕਿਨੂੰ ਕੀ ਸਮਝਦਾ ਅਸੀਂ ਮੈਮ ਸਾਹਿਬ ਚੰਗੀ ਤਰ੍ਹਾਂ ਜਾਣਦੇ ਆ ਕੀ ਦੀਆਂ ਕੀ ਕੀ ਡਿਊਟੀਆਂ ਨੇ ਤੇ ਉਹ ਕਿੰਨੀਆਂ ਨਿਭਾਉਂਦਾ ਇਹ ਵੀ ਜਾਣਦੇ ਆ ਸੱਚੀਆਂ ਗੱਲਾਂ ਤਾਂ ਤੁਹਾਡੇ ਕੰਨਾਂ ਤੱਕ ਪੜ ਗਈਆਂ ਪਰ ਕਿਸੇ ਮਰੀਜ਼ ਦੀ ਹਾਈ ਨਾਲ ਤੁਹਾਡੇ ਕੰਨ ਬੋਲੇ ਕਿਉਂ ਨਹੀਂ ਕਿਉਂ ਹੋ ਜਾਂਦੇ ਨੇ ਬਹੁਤਾ ਬੋਲਣ ਦੀ ਜ਼ਰੂਰਤ ਨਹੀਂ ਇਲਾਜ ਪਸੰਦ ਨਹੀਂ ਕਿਤੇ ਹੋਰ ਲੈ ਜਾਓ ਕੌਣ ਸਦਣ ਗਿਆ ਸੀ ਸੁਣ ਤੁਸੀਂ ਸਾਡਾ ਇਲਾਜ ਕਰੀ ਕੀ ਸਕਦੇ ਹੋ ਜਿਹੜਾ ਤੁਹਾਡੇ ਦਿਮਾਗਾਂ 'ਚ ਫਰਕ ਪਿਆ ਹੋਇਆ ਹੈ ਉਹਦਾ ਇਲਾਜ ਜਦੋਂ ਅਸੀਂ ਕੀਤਾ ਫਿਰ ਦੇਖਣਾ ਹੈ ਨਾ ਗਵਾਰਾਂ ਨੂੰ ਕਿਹੋ ਜੇ ਪਤਮੀਜ਼ਾ ਨਾਲ ਵਾਹ ਪੈ ਜਾਂਦਾ ਹੈ ਭੋਰਾ ਕੱਲ ਨਹੀਂ ਕੋਈ ਮੈਨਰ ਨਹੀਂ ਬੁੜ ਬੁੜ ਕਰਦੀ ਉਹ ਵਾਪਸ ਮੁੜ ਗਈ ਕਮਰੇ ਦੇ ਸ਼ੋਰ ਨੂੰ ਕਾਬੂ ਕਰਨਾ ਉਹਦੇ ਵਾਸਤੇ ਤਾਂ ਰੋਗ ਨਹੀਂ ਸੀ ਚੰਗੀ ਬਣਾਈ ਕਮਰੇਟਾ ਰੋਜ਼ ਹੀ ਨੱਕ ਜਾ ਚੜਦੀ ਸੀ ਕਮਰੇ 'ਚ ਹਾਸੇ ਦਾ ਸ਼ੋਰ ਹੋਰ ਵੀ ਉੱਚਾ ਹੋ ਗਿਆ ਅੰਗ 45ਵਾਂ ਜਿਉਂ ਹੀ ਜੈਲੇ ਨੂੰ ਮੜ ਥੋੜੀ ਮੋਟੀ ਹੋਸ਼ ਆਉਂਦੀ ਰੋਣ ਹੱਕੀ ਵਾਸਤੇ ਇੱਕੋ ਗੱਲ ਆਖਦਾ ਬਿੱਲੂ ਤੂੰ ਕਿਉਂ ਜਿੱਦ ਫੜੀ ਐ ਮੈਂ ਠੀਕ ਨਹੀਂ ਹੁਣ ਠੀਕ ਹੋਣਾ ਮੈਂ ਚਾਹੁੰਦਾ ਵੀ ਨਹੀਂ ਠੀਕ ਹੋ ਕੇ ਦੱਸ ਮੈਂ ਕੀ ਕਰੂੰਗਾ ਹੱਥਾਂ ਬਿਨਾ ਬੰਦਾ ਕਿਸ ਕੰਮ ਨਾ ਖਾ ਸਕੇ ਨਾ ਪੀ ਸਕੇ ਕਿਸੇ ਤੇ ਮੈਂ ਬੋਝ ਨਹੀਂ ਬਣਾ ਇਲਾਜ ਦਾ ਖਿਆਲ ਛੱਡ ਤੇ ਮੇਰਾ ਇੱਕ ਕੰਮ ਕਰ ਕੋਈ ਅਜਾਈ ਚੀਜ਼ ਲਿਆ ਦੇ ਜਿਹਦੇ ਨਾਲ ਮੈਂ ਦਿਲ ਦੀ ਅੱਗ ਬੁਝਾ ਲਵਾਂ ਮੈਂ ਉਹਨਾਂ ਦਾ ਕੰਨ ਬਤਵਾਹ ਕਰਨਾ ਇਹਨਾਂ ਸਭ ਕੁਝ ਸਾਡਾ ਲੁੱਟ ਲਿਆ ਮੇਰੇ ਹੱਥ ਗਏ ਮੇਰੇ ਹੱਥੀ ਬਦਲਾ ਲੈਣ ਦੇ ਏਰਮਾਨ ਕੁ ਚਲੇ ਗਏ ਹੁਣ ਮੇਰੇ ਪਿਸਤੌਲ ਚੋਂ ਨਿਕਲੀ ਗੋਲੀ ਉਹਨਾਂ ਦੀ ਹਿੱਕਾਂ ਚੋਂ ਨਹੀਂ ਨਿਕਲੇਗੀ ਮੇਰੇ ਹੱਥ ਖੂਨੀਆਂ ਦੇ ਗਲਾਂ ਤੱਕ ਨਹੀਂ ਅਪੜ ਸਕਣਗੇ ਪਰ ਮੈਂ ਇੰਜ ਤੜਪ ਤੜਪ ਕੇ ਨਹੀਂ ਮਰਨਾ ਮੈਂ ਸਰਦਾਰੜੇ ਦਾ ਬੀਨਾਸ਼ ਕਰਨਾ ਤੂੰ ਫਿਕਰ ਨਾ ਕਰ ਅਸੀਂ ਜ਼ਰੂਰ ਬਦਲਾ ਲਵਾਂਗੇ ਬਾਹਾਂ ਗਈਆਂ ਫੇਰ ਕੀ ਹੋ ਗਿਆ ਬਾਕੀ ਦਾ ਧੜਕੇ ਇਸ ਲਈ ਹੈ ਤੂੰ ਠੀਕ ਹੋਣ ਤੱਕ ਤਾ ਉਡੀਕ 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 ਮੈਂ ਥੱਕ ਗਿਆ ਐਸੀ ਉਡੀਕ ਕਰਕੇ ਮੈਂ ਥੋ ਫੇ ਇਕ ਵੀ ਨਾ ਮਰਿਆ ਗਿਆ ਉਹ ਸਾਡੇ ਕਈ ਮਾਰ ਗਏ ਮੈਥੋਂ ਹੋਰ ਉਡੀਕ ਨਹੀਂ ਹੁੰਦੀ ਤੁਸੀਂ ਮੈਥੋਂ ਠੀਕ ਕਰਾ ਕੇ ਲੈਣਾ ਵੀ ਕੀ ਹੈ ਇਨਕਲਾਬ ਇਕੜ ਦੁਗੜ ਦੇ ਦੁੱਖ ਨਹੀਂ ਗਿਣਦਾ ਮੇਰੇ ਖਾਤਰ ਨਾ ਝੂਰੋ ਮੈਨੂੰ ਮਰ ਲੈਣ ਦਿਓ ਤੂੰ ਥੋੜਾ ਜਿਹਾ ਹੋਸ਼ ਕਰ ਤੇਰੀਆਂ ਬਾਹਾਂ ਦੇ ਜ਼ਖਮ ਅੱਲੇ ਨੇ ਮੇਰੀਆਂ ਬਾਹਾਂ ਕਿੱਥੇ ਰਹੀਆਂ ਇਹਨਾਂ ਤੇ ਮਾੜਾ ਮੋਟਾ ਵਿਸ਼ਵਾਸ ਰਹਿੰਦਾ ਸੀ ਇਹ ਵੀ ਧੋਖਾ ਦੇ ਗਈਆਂ ਨਾ ਸਜੀਨਾ ਖੱਬੀ ਮੈਂ ਰਾਜੀ ਨਹੀਂ ਹੋਣਾ ਮੈਨੂੰ ਇੱਥੋਂ ਨਿਕਲ ਜਾਣ ਦਿਓ ਨਾ ਮੇਰੀ ਮਾਂ ਦੀ ਇੱਜ਼ਤ ਲੁੱਟੀ ਮੇਰਾ ਪਿਓ ਮਾਰਿਆ ਮੇਰੇ ਦੋਸਤਾਂ ਦਾ ਖੂਨ ਕੀਤਾ ਉਹਨੇ ਕਸਰ ਕੀ ਛੱਡੀ ਬਿੱਲੂ ਕੋਈ ਅਜੀਹਾ ਬੰਬ ਲਿਆ ਜਿਹੜਾ ਹੱਥਾਂ ਤੋਂ ਬਿਨਾਂ ਚੱਲੇ ਮੂੰਹ ਨਾਲ ਪੈਰਾਂ ਨਾਲ ਜਿਵੇਂ ਮਰਜੀ ਮੈਂ ਭਾਵੇਂ ਵਿੱਚ ਮਰ ਜਾ ਹੈ ਕੋਈ ਐਸਾ ਤੈਨੂੰ ਸਭ ਕੁਝ ਮਿਲ ਜੂ ਤੂੰ ਠੀਕ ਤਾਂ ਹੋ ਜਾ ਪਰ ਜੈ ਲਾਇਕ ਪਲ ਵੀ ਹੋਰ ਡੇਕ ਨਾ ਸਕਿਆ ਠੀਕ ਹੋਣ ਤੋਂ ਪਹਿਲੇ ਨਿਕਲ ਤੁਰਿਆ ਬਿਸਤਰੇ 'ਚ ਉੱਠੋ ਸਿੱਧਾ ਪ੍ਰੈਸ ਗਿਆ ਇਹੋ ਆਖਰੀ ਮੰਦਲ ਸੀ ਜਿੱਥੋਂ ਉਹਨੂੰ ਥੋੜੀ ਮਿੱਟੀ ਆਸੀ ਉੱਥੇ ਲੱਗੇ ਪੁਲਿਸ ਦੇ ਪਹਿਰੇ ਨੂੰ ਦੇਖ ਕੇ ਉਹਨੂੰ ਯਕੀਨ ਨਾ ਆਇਆ ਇੱਕ ਖੁੰਝੇ ਬੈਠ ਕੇ ਉਹ ਜੀ ਭਰ ਕੇ ਰੋਇਆ ਸਪਤਾਹਿਕ ਅਖਬਾਰ ਦਾ ਬੋਰਡ ਦੀਦੀ ਦੀਆਂ ਮੇਜ਼ ਕੁਰਸੀਆਂ ਸਭ ਕਿਧਰੇ ਉੱਡ ਪੁੱਟ ਗਈਆਂ ਸੀ ਉਹਨਾਂ ਦੀ ਥਾਂ ਵੇਲੜਪੁਰ ਪੁਲਸੀਆਂ ਦੀਆਂ ਮੰਝੀਆਂ ਡਹਿ ਗਈਆਂ ਗਭੀਰ ਬੈਸਾਂ ਦੀ ਥਾਂ ਤਾਸ਼ ਦਾ ਰੋਲਾ ਰੱਪਾ ਸੀ ਜੈਲੇ ਦੀ ਮਾੜੀ-ਮੋਟੀ ਆਸ ਵੀ ਜਾਂਦੀ ਰਹੀ ਪੂਰਨ ਨਿਰਾਸ਼ਾ ਚ ਡੁੱਬਿਓ ਪਿੰਡ ਡਪੜਿਆ ਪਿੰਡ ਕਿਸੇ ਨੇ ਉਹਨੂੰ ਮੂੰਹ ਨਾ ਲਾਇਆ ਨਾ ਕਿਸੇ ਗੱਲ ਕੀਤੀ ਨਾ ਕੁਝ ਖਾਣ ਪੀਣ ਨੂੰ ਦਿੱਤਾ ਕਈ ਦਿਨ ਭੁੱਖਣ ਪਾਣਾ ਪਿੰਡ ਚ ਗੇੜੇ ਦਿੰਦਾ ਰਿਹਾ ਜਿੱਥੇ ਚਾਰ ਬੰਦੇ ਮਿਲਦੇ ਉਹਨਾਂ ਨੂੰ ਰੋਕ ਕੇ ਉਹ ਸਰਦਾਰ ਨੂੰ ਗਾਲਾਂ ਕੱਢਦਾ ਕਦੇ ਸਰਦਾਰ ਟੱਕਰ ਜਾਂਦਾ ਦੂਰ ਖੜਾ ਹੋ ਤੇ ਥੁਰਕਦਾ ਧੂੜ ਛਾਲਦਾ ਗਾਲਾਂ ਕੱਢਦਾ ਸਰਦਾਰ ਉੱਚੇ-ਉੱਚੇ ਹੱਸਦਾ ਤੇ ਵਿਅੰਗ ਕੱਸਦਾ ਕਿੱਧਰ ਗਿਆ ਤੇਰਾ ਇਨਕਲਾਬ ਕਿਦਰਾ ਤੇਰੇ ਹਮੈਤੀ ਹੋਏ ਵੱਡਿਆ ਕਾਮਰੇਡਾ ਜੋਸ਼ ਚ ਅੰਨੇ ਹੋਏ ਜੇਲੇ ਦੇ ਟੁੰਡ ਹਿਲਦੇ ਗਾਲਾਂ ਕੱਢਦਾ ਉਹ ਸਰਦਾਰ ਦਾ ਧੁਰ ਤੱਕ ਪਿੱਛਾ ਕਰਦਾ ਕਦੇ ਸਰਦਾਰ ਦੇ ਮੁੰਡੇ ਮਿਲਦੇ ਖੁਦ ਉਸ ਕੋਲ ਰੁਕ ਜਾਂਦੇ ਕੀ ਹਾਲ ਹੈ ਜੈਲ ਸਿਆਂ ਆ ਤੈਨੂੰ ਵਿਸਵੇ ਸੰਭਾਈਏ ਜੈਲ ਥੁੱਕਦਾ ਜੇਲਾ ਥੁੱਕਦਾ ਗਾਲਾਂ ਕੱਢਦਾ ਕਦੀ ਕਦੀ ਦੰਦੀਆਂ ਵੱਡਣ ਦੇ ਯਤਨ ਕਰਦਾ ਉਹਦੇ ਟੁੰਡ ਹਿਲਦੇ ਸਰਦਾਰ ਦੇ ਮੁੰਡੇ ਉੱਚੀ ਉੱਚੀ ਹੱਸਦੇ ਉਹਨੂੰ ਹੋਰ ਚੜਾਉਂਦੇ ਤਦੋ ਹਰਖਿਆ ਜੈਲਾ ਉਹਨਾਂ ਦੇ ਨਜ਼ਦੀਕ ਜਾਂਦਾ ਥੱਪੜ ਜੜ ਦੇ ਠੁੱਡੇ ਮਾਰਦੇ ਉਹਨੂੰ ਜ਼ਮੀਨ ਤੇ ਸੁੱਟ ਕੇ ਤੁਰ ਜਾਂਦੇ ਪਰ ਉਹਦੀਆਂ ਗਾਲਾਂ ਦੀ ਰਫ਼ਤਾਰ ਕਦੇ ਵੀ ਮੱਠੀ ਨਾ ਪੈਂਦੀ ਜੈਲੇ ਦੀ ਹਾਲਤ ਬਹੁਤ ਬੁਰੀ ਹੋ ਗਈ ਸੀ ਕੱਪੜੇ ਫਟ ਕੇ ਲੀਰੋ ਲੀਰ ਸਰੀਰ ਤੇ ਗਿਠ ਗਿਟ ਰੀ ਚੜ ਗਏ ਟੁੰਡਾਂ ਤੇ ਬੰਨੀਆਂ ਪੱਟੀਆਂ ਖੁੱਲ ਕੇ ਹੀਠਾਂ ਲਟਕਣ ਲੱਗ ਪਈਆਂ ਟੁੰਡਾਂ ਚ ਖੂਨ ਸਿਮਣ ਲੱਗ ਪਿਆ ਕਈਆਂ ਦਿਨਾਂ ਦੀ ਭੁੱਖ ਨੇ ਉਹਨੂੰ ਤੁਰਨਾ ਵੀ ਔਖਾ ਕਰਤਾ ਫੇਰ ਵੀ ਸਰਦਾਰ ਨੂੰ ਗਾਲਾਂ ਕੱਢਣ ਤੋਂ ਟਲਦਾ ਨਹੀਂ ਸੀ ਇੱਕ ਦੁਪਹਿਰ ਕੱਖਾਂ ਵਾਲੇ ਗੱਡੇ ਤੇ ਬੈਠੀ ਕਰਤਾਰੋ ਨੂੰ ਬੇਰੀ ਬੈਠਾ ਜੈਲਾ ਦਿਖਾਈ ਦਿੱਤਾ ਜੈਲੇ ਦੀਆਂ ਨਜ਼ਰਾਂ ਵੀ ਕਰਤਾਰੋ ਵੱਲ ਉੱਠੀਆਂ ਜੋਰਸ ਤੇ ਗੁੱਸੇ ਨਾਲ ਜੈਲੇ ਦੇ ਟੰਡ ਟੁੰਡ ਹਿੱਲੇ ਪਰ ਬੋਲਿਆ ਕੁਛ ਨਾ ਉਹਨੇ ਸਿਰ ਪਿੱਟ ਪੁਆਈ ਕਰਤਾਰੋ ਉਹਦੋਂ ਤੱਕ ਉਹਨੂੰ ਦੇਖਦੀ ਰਹੀ ਜਦ ਤੱਕ ਉਹਨਾਂ ਦਾ ਗੱਡਾ ਮੋੜ ਨਾ ਕੱਟ ਗਿਆ ਲੱਖ ਯਤਨ ਕਰਨ ਤੇ ਵੀ ਕਈ ਅਥਰੂ ਦੀਆਂ ਅੱਖਾਂ 'ਚ ਟਪਕ ਪਏ ਉਸ ਪਿੱਛੋਂ ਜੈਲਾ ਕਿਸੇ ਨੂੰ ਵੀ ਦਿਖਾਈ ਨਾ ਦਿੱਤਾ ਕਈਆਂ ਦਾ ਵਿਚਾਰ ਸੀ ਉਹ ਭੁੱਖ ਨਾਲ ਮਰ ਗਿਆ ਕਈ ਆਖਦੇ ਸੀ ਅੱਲੇ ਜਕਮਾ ਕਰਕੇ ਉਹਨੂੰ ਪਲਮ ਦੌੜ ਗਈ ਕਈ ਆਖਦੇ ਉਹਨੂੰ ਪੁਲਿਸ ਲੈ ਗਈ ਉਸੇ ਰਾਤ ਇੱਕ ਟਰੱਕ ਪਿੰਡ ਆਇਆ ਸੀ ਕਈ ਆਖਦੇ ਉਹ ਕਿਧਰੇ ਨਹੀਂ ਗਿਆ ਸਰਦਾਰ ਨੇ ਉਹਨੂੰ ਮਰਵਾਤਾ ਕਈ ਆਖਦੇ ਬਿੱਲੂ ਉਹਨੂੰ ਨਾਲ ਲੈ ਗਿਆ ਪਰ ਸਚਾਈ ਕੀ ਸੀ ਕਿਸੇ ਨੂੰ ਪਤਾ ਨਹੀਂ ਸੀ ਅੰਗ 46ਵਾਂ ਜੇਲੇ ਦੇ ਗੁੰਮ ਹੋਣ ਦੇ ਤੀਸਰੇ ਦਿਨ ਤੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਸਰਦਾਰ ਦੇ ਵੱਡੇ ਮੁੰਡੇ ਦੀਪ ਦੇ ਖੂਨ ਦੀ ਖਬਰ ਵੀ ਜੰਗਲ ਵਾਂਗ ਸਾਰੇ ਪਿੰਡ 'ਚ ਫੈਲ ਗਈ ਸਵੇਰੇ ਸਰਦਾਰ ਦੀ ਵੱਡੀ ਨੂੰ ਜਦੋਂ ਉਹਦੇ ਕਮਰੇ 'ਚ ਗਈ ਦੋ ਹੱਥ ਲੰਬਾ ਖੰਜਰ ਉਹਦੀ ਹਿੱਕ 'ਚ ਖੋਬਿਆ ਸੀ ਸਾਰੇ ਪਿੰਡ 'ਚ ਸਹਿਮ ਦੀ ਲਹਿਰ ਦੌੜ ਗਈ ਇਸ ਖੂਨ ਨਾਲ ਪਤਾ ਨਹੀਂ ਕਿਸ-ਕਿਸ ਦੇ ਮੂੰਹ ਕਾਲੇ ਹੋਣੇ ਸੀ ਕਾਲਜ ਪੜ੍ਹਦੇ ਮੁੰਡੇ ਖੁੰਡੇ ਖਬਰ ਸੁਣਦਿਆਂ ਖੇਸੀਆਂ ਚਾਦਰਿਆਂ ਦੀਆਂ ਬੁਕੜਾਂ ਮਾਰ ਪਿੰਡੋਂ ਬਾਹਰ ਨਿਕਲ ਤੁਰੇ ਬੁੱਢੇ ਠੇਰੇ ਅੱਡ ਲੁਕਦੇ ਫਿਰਦੇ ਉਸ ਦਿਨ ਕੋਈ ਕੰਮ ਤੇ ਨਾ ਗਿਆ ਜਿੱਥੇ ਦੋ ਆਦਮੀ ਜੁੜਦੇ ਇਹੋ ਗੱਲਾਂ ਹੁੰਦੀਆਂ ਸਭ ਬਾਪੂ ਆਪਣੇ ਦਿਮਾਗ ਲੜਾਉਂਦੇ ਕੋਈ ਆਖਦਾ ਬਿੱਲੂ ਵਰਗਿਆਂ ਦਾ ਕੰਮ ਸੀ ਕਈਆਂ ਮਹੀਨਿਆਂ ਤੋਂ ਇਸ ਦੀ ਤਾਕਤ ਸੀ ਕਈ ਜੈਲੇ ਤੇ ਸ਼ੱਕ ਕਰਦੇ ਕਈਆਂ ਨੂੰ ਸਰਦਾਰ ਦੇ ਮੁੰਡਿਆਂ ਤੇ ਸ਼ੱਕ ਸੀ ਕਈ ਮਹੀਨਿਆਂ ਦੀ ਉਹਨਾਂ ਚ ਗੜਬੜ ਸੀ ਪਰ ਅਸਲੀਅਤ ਬਾਰੇ ਕੋਈ ਕੀ ਕਹਿ ਸਕਦਾ ਸੀ ਪੁਲਿਸ ਵਾਲਿਆਂ ਨੂੰ ਦੀਪ ਦੇ ਖੂਨ ਦੀ ਖਬਰ ਰੱਬੀ ਦਾਤ ਵਾਂਗ ਮਿਲੀ ਪਿਛਲੇ ਸਾਲ ਤੋਂ ਇਸ ਪਿੰਡ ਦੀ ਤਾਕਤ ਸੀ ਪਰ ਹਾਲੀ ਤੱਕ ਉਹਨਾਂ ਨੂੰ ਜਾਇਜ਼ ਮੌਕਾ ਨਹੀਂ ਸੀ ਮਿਲਿਆ ਪਿਛਲੀ ਵਾਰੀ ਪੁਲਿਸ ਨਾਲ ਜਿਹੜੀ ਬਦਸਲੂਕੀ ਉਹਨਾਂ ਕੀਤੀ ਸੀ ਉਹ ਹਲੇ ਤੱਕ ਉਹਨਾਂ ਨੂੰ ਨਹੀਂ ਸੀ ਭੁੱਲੀ ਅਖਰੇ ਛਪਕੇ ਚ ਪੂਰੀ ਚੌਂਕੀ ਪਿੰਡ ਜਾਣ ਲਈ ਤਿਆਰ ਹੋ ਗਈ। ਰਾਤ ਚ ਜਿਹੜਾ ਮਿਲਿਆ ਉਹਨੂੰ ਕੁੱਟ ਮਾਰ ਕੇ ਟਰੱਕ ਚ ਸੁੱਟ ਲਿਆ। ਸਾਰੇ ਪਿੰਡ ਨੂੰ ਘੇਰ ਕੇ ਘਰ-ਘਰ ਦੀ ਤਲਾਸ਼ੀ ਹੋਣ ਲੱਗੀ। ਜਿਹੜਾ ਵੀ ਮਿਲਿਆ ਤੋਂ ਕੇ ਸਾਥ ਚ ਲੈ ਆਏ ਦਿਨ ਭਰ ਸਭ ਦੀ ਕੁਟਾਈ ਹੁੰਦੀ ਰਹੀ। ਬਿੱਲੂ ਦੇ ਘਰ ਵਾਲਿਆਂ ਤੇ ਸਭ ਤੋਂ ਜ਼ਿਆਦਾ ਕਹਿ ਟੁੱਟਿਆ। ਜਿਸ ਦਿਨ ਦਾ ਬਿੱਲੂ ਅੰਡਰਗਰਾਊਂਡ ਹੋਇਆ ਸੀ ਉਹ ਤਾਂ ਉਸੇ ਦਿਨ ਤੋਂ ਉਜੜਿਆਂ ਵਰਗੇ ਸੀ। ਰਹਿੰਦੇ ਖੁੰਦੇ ਉਹਨਾਂ ਉਜਾੜ ਦਿੱਤੇ। ਘਰ ਨੂੰ ਢਾਕੇ ਖੰਡਰ ਬਣਾਤਾ। ਲੈ ਲਾਹਾਂਦੀਆਂ ਫਸਲਾਂ ਚ ਡੰਗਰ ਜਾ ਵਾਲੇ 17 ਸਾਲਾਂ ਦਾ ਬੁੱਢਾ ਪਿਓ 18 ਸਾਲਾਂ ਦੀ ਭਰ ਜਵਾਨ ਭੈਣ 13 ਸਾਲਾਂ ਦੇ ਅੱਲੜ ਭਰਾ ਦੀ ਜਿਹੜੀ ਕਟਾਈ ਹੋਈ ਉਹ ਕਿਸੇ ਨੇ ਪਹਿਲੇ ਨਹੀਂ ਸੀ ਦੇਖੀ ਭੈਣ ਦੇ ਕੱਪੜੇ ਫਾੜ ਦਿੱਤੇ ਬੁੱਢੇ ਨੂੰ ਅਲਫ ਨੰਗਾ ਕਰਕੇ ਕੁੱਟਿਆ ਗਿਆ ਭਰਾ ਨੂੰ ਕੇਸਾਂ ਤੋਂ ਬੰਨ ਕੇ ਦਰਖਤ ਨਾਲ ਲਟਕਾਇਆ ਗਿਆ बार-ਬਾਰ ਉਹ ਬਿੱਲੂ ਦਾ ਟਿਕਾਣਾ ਤੇ ਉਹਦੇ ਹਥਿਆਰਾਂ ਬਾਰੇ ਦੋਸਤਾਂ ਯਾਰਾਂ ਬਾਰੇ ਪੁੱਛਦੇ ਬਿੱਲੂ ਨੇ ਉਹਨਾਂ ਨੂੰ ਕੁਝ ਨਹੀਂ ਸੀ ਦੱਸਿਆ ਜਿਹੜਾ ਉਹ ਦੱਸ ਦੇਣ ਉਹਨਾਂ ਦੀ ਚੁੱਪ ਹੋਰ ਮਾਰ ਦਾ ਕਾਰਨ ਬਣਦੀ ਤੁਜਾ ਨੰਬਰ ਜਸਵੀਰ ਦੇ ਭਰਾਵਾਂ ਦਾ ਸੀ ਜਸਵੀਰ ਨੂੰ ਮਾਰ ਕੇ ਹਾਲੀ ਉਹਨਾਂ ਦਾ ਦਿਲ ਨਹੀਂ ਸੀ ਭਰਿਆ ਉਹਦੇ ਸਾਧ ਮੁਰਾਦੇ ਭਰਾਵਾਂ ਤੇ ਕਈ ਦਿਨ ਕੋਟਾਪਾ ਚੜਿਆ ਇਸ ਪੜਤਾਲ ਚ ਕਿਸੇ ਦੀ ਧੀ ਭੈਣ ਦਾ ਖਿਆਲ ਨਹੀਂ ਸੀ ਰੱਖਿਆ ਗਿਆ ਜਿਸ ਤੇ ਦਿਲ ਆਇਆ ਉਹਨਾਂ ਜੋ ਜੀ ਆਇਆ ਕੀਤਾ ਕਈਆਂ ਕੁੜੀਆਂ ਕਤਰੀਆਂ ਤੇ ਹੱਥੋਂ ਪਾਈ ਹੋਈ ਥਾਣੇਦਾਰ ਕਰਤਾਰੋਂ ਨੂੰ ਵੀ ਪੁੱਛਗਿਛ ਕਰਨਾ ਚਾਹੁੰਦਾ ਸੀ ਸਰਦਾਰ ਦੇ ਦੂਜੇ ਮੁੰਡੇ ਵੀ ਇਹੋ ਰਾਏ ਰੱਖਦੇ ਸੀ ਪਰ ਸਰਦਾਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਰਤਾਰੋਂ ਇਨੀ ਬਹਾਦਰ ਨਹੀਂ ਸੀ ਲੱਗਦੀ ਵੀ ਉਹ ਕਿਸੇ ਦਾ ਖੂਨ ਕਰ ਦੇਵੇ ਨਾਲੇ ਉਹ ਦੀਪ ਨੂੰ ਆਪਣੇ ਵਾਂਗ ਪਿਆਰ ਕਰਦੀ ਸੀ ਸਭ ਤੋਂ ਵੱਡੀ ਗੱਲ ਇਹ ਸੀ ਉਸ ਰਾਤ ਉਹ ਸਰਦਾਰ ਦੇ ਕਮਰੇ 'ਚ ਸੀ ਸਵੇਰੇ ਸਰਦਾਰ ਨੇ ਆਪ ਉਹਨੂੰ ਜਗਾ ਕੇ ਦੀਪ ਦੇ ਕਤਲ ਦੀ ਖਬਰ ਸੁਣਾਈ ਸੀ 10 ਦਿਨ ਪਿੰਡ 'ਚ ਚੌਂਕੀ ਬੈਠੀ ਰਹੀ ਦਿਨ ਰਾਤ ਚਾਰ ਸਿਪਾਹੀਆਂ ਦਾ ਪਹਿਰਾ ਸਰਦਾਰ ਦੀ ਕੋਠੀ ਰਹਿਂਦਾ ਦੋ ਹਥਿਆਰਬੰਦ ਸਿਪਾਹੀ ਉਹਨਾਂ ਦੇ ਨਾਲ ਰਹਿੰਦੇ ਦੋਸ਼ੀਆਂ ਨੂੰ ਲੱਭਣ ਚ ਪੁਲਿਸ ਵਾਲਿਆਂ ਦਿਨ ਰਾਤ ਇੱਕ ਕਰਤਾ ਸੀ ਬਿੱਲੂ ਦਾ ਪਿਓ ਭੈਣ ਭਰਾ ਜਸਵੀਰ ਦੇ ਦੋਨੋਂ ਭਰਾ ਹੋਰ ਪੰਜ ਸੱਤ ਨੌਜਵਾਨ ਖੂਨ ਦੇ ਸ਼ੱਕ ਚ ਇੰਟਰੋਗੇਸ਼ਨ ਸੈਂਟਰ ਭੇਜ ਦਿੱਤੇ ਗਏ ਪਿੰਡ ਚ ਸ਼ਾਇਦ ਹੀ ਕੋਈ ਘਰ ਬਚਿਆ ਸੀ ਜਿਹਦਾ ਇੱਕ ਨਾਦਾ ਬੰਦਾ ਉਹਨਾਂ ਦੇ ਡਿੱਕੇ ਨਾ ਚੜਿਆ ਹੋਵੇ ਜਿੰਨੇ ਦਿਨ ਉਹ ਰਹੇ ਜੁਆਇਆਂ ਅੰਗ ਰਹੇ ਜਿਸ ਘਰ ਵੜਦੇ ਜੋ ਮਿਲਦਾ ਚੁੱਕ ਲ ਜਾਂਦੇ ਦੁੱਧ ਲੱਸੀਆਂ ਮੱਖਣ ਦੀ ਤਾਂ ਕੋਈ ਕਸਰ ਨਹੀਂ ਸੀ ਰਹੀ ਉਹਨਾਂ ਦਾ ਉਹਨਾਂ ਦਾ ਪਿੰਡ ਦੇ ਮੁਰਗਿਆਂ ਤੱਕ ਮੁਕਾਤੇ ਫਿਰ 나ਈ ਦੀ ਥਾਂ ਉਹ ਬੱਕਰੀ ਵੀ ਖੋਲ ਕੇ ਲੈ ਗਏ ਨਾਈ ਦੀ ਤਾਂ ਉਹ ਬੱਕਰੀ ਵੀ ਖੋਲ ਕੇ ਲੈ ਗਈ ਜਿਹੜਾ ਵੀ ਮਾੜਾ ਮੋਟਾ ਬੋਲਿਆ ਸੀ ਉਹਨਾਂ ਚੰਗੀ ਛੱਲ ਲਈ ਸੀ ਲੋਕਾਂ ਨੇ ਸੁਖ ਦਾ ਸਾਹ ਲਿਆ ਜਦੋਂ ਦਸਾਂ ਦਿਨਾਂ ਬਾਅਦ ਪਿੰਡੋਂ ਚੌਂਕੀ ਉੱਠੀ ਅਖੀਰਲਾ ਅੰਗ 47ਵਾਂ ਪਿੰਡ ਛੱਡ ਕੇ ਗਈ ਪੁਲਿਸ ਵਾਲੇ ਥਾਣੇ ਵੀ ਨਹੀਂ ਸੀ ਪਹੁੰਚੀ ਹੋਣੀ ਕਿ ਖੇਤ ਤਾਈਂ ਕਰਤਾਰੂ ਉਹਨੇ ਪੈਰੀ ਤਾਹਾਂ ਮਾਰਦੀ ਪਿੰਡ ਮੁੜਿਆ ਸਰਦਾਰ ਦਾ ਗੋਲੀਆਂ ਨਾਲ ਛਲ ਨਹੀਂ ਹੋਇਆ ਸੀ ਨਾ ਉਹ ਤੋਂ ਦੇਖ ਨਹੀਂ ਸੀ ਹੋਇਆ ਅੱਖਾਂ ਮੁੰਦ ਉਸੇ ਤਰ੍ਹਾਂ ਭੱਜ ਪਈ ਸੀ ਸਰਦਾਰ ਦੀ ਰਾਈਫਲ ਗੁੰਮ ਸੀ ਇੱਧਰ ਉੱਧਰ ਲਾਲ ਲਖਰਾਂ 'ਚ ਲਿਖੇ ਪਰਚੇ ਖਿੰਡੇ ਪਏ ਸੀ ਘਰ ਤੱਕ ਕੱਪੜੀ ਕਰਤਾਰੂ ਕਈ ਵਾਰ ਬੇਹੋਸ਼ ਹੋਈ ਪਹਿਲਾਂ ਉਹ ਖੇਤੋਂ ਨਿਕਲਦੀ ਸੜਕ ਤੇ ਜਾ ਡਿੱਗੀ ਪੁੰਜੇ ਡਿੱਗਦੀ ਕਰਤਾਰੂ ਸ਼ਹਿਰੋਂ ਆਉਂਦੀ ਨਾਈਆਂ ਦੀ ਰੇੜੀ ਉੱਤੇ ਬੈਠੇ ਰੂਪੇ ਦੀ ਨਜ਼ਰ ਪੈ ਗਈ ਨਹੀਂ ਤਾਂ ਕੀ ਪਤਾ ਘਬराई ਕਰਤਾਰੂ ਵੀ ਉੱਥੇ ਜਾਨ ਦੇ ਦਿੰਦੀ ਸਰਦਾਰ ਦੇ ਖੂਨ ਬਾਰੇ ਦੱਸਦੀ ਉਹ ਤਾਂ ਨਹੀਂ ਸੀ ਧਰਦੀ ਪਿੱਟ ਪਿੱਟੋਂ ਨੇ ਪੱਟ ਸਜਾ ਲੈ ਕਈ ਵਾਰ ਉਹਨੂੰ ਦੰਦਰਾ ਕੋਤੇ ਪਾਈ ਕਰਤਾਰ ਸਰਦਾਰ ਦੇ ਨਾਲ ਮਰਨ ਨੂੰ ਤਿਆਰ ਦਿਖਦੀ ਸੀ ਤਾਂ ਹਮਾਰਦੀ ਨੂੰ ਉਹਨੂੰ ਇਹੋ ਜੀ ਗੱਸ਼ ਪੈਂਦੀ ਕਈ ਕੇ ਮਿੰਟਾਂ ਨੂੰ ਸਾਹ ਨਾ ਆਉਂਦਾ ਅੱਖਾਂ ਖੜ ਜਾਂਦੀਆਂ ਨਬਜ਼ ਤੱਕ ਰੁਕ ਜਾਂਦੀ ਬਾਰ ਬਾਰ ਬੇਹੋਸ਼ ਹੋਣ ਕਰਕੇ ਕੁੱਠੀ ਦਾ ਕੱਪੜੀ ਦੀ ਵੱਧਮ ਹੋਈ ਹੋ ਗਈ ਪੁਲਿਸ ਦੇ ਭਰੇ ਭਰਾਏ ਟਰੱਕ ਹੋਮੀ ਵਾਪਸ ਮੁੜ ਗਏ ਪਿਛਲੇ ਅਤਿਆਚਾਰਾਂ ਦੀਆਂ ਘਟਨਾਵਾਂ ਇੱਕ ਵਾਰ ਫੇਰ ਦੁਹਰਾਈਆਂ ਗਈਆਂ ਇਸ ਵਾਰ ਪੁਲਿਸ ਵਾਲੇ ਹੱਦੋਂ ਵੱਧ ਪਰੇਸ਼ਾਨ ਸੀ ਇੰਨੀ ਜਲਦੀ ਖੂਨ ਹੋਣ ਦਾ ਕੋਈ ਖਤਰਾ ਨਹੀਂ ਸੀ ਸ਼ੱਕ ਵਾਲੇ ਸਾਰੇ ਬੰਦੇ ਇੰਟਰੋਗੇਸ਼ਨ ਸੈਂਟਰ ਭੇਜੇ ਸੀ ਰਹਿਦ ਖੂਨ ਤੋਂ ਉਹਨਾਂ ਦੀ ਨਜ਼ਰ ਹੇਠ ਸੀ ਪਿੰਡ ਦੇ ਚਾਰੇ ਪਾਸੇ ਫਿਰਦੀਆਂ ਸੀ ਆਈਡੀ ਦੀਆਂ ਟੋਲੀਆਂ ਉਸੇ ਤਰ੍ਹਾਂ ਸਰਗਰਮ ਸੀ ਫਲਾਈਂਗ ਸਕਵਾਡ ਨੇ ਇੰਚੇਂਜ ਧਰਤੀ ਫੂਲ ਸੁੱਟੀ ਸੀ ਪਰ ਉਹਨਾਂ ਨੂੰ ਕਿਸੇ ਦੀ ਪੈੜ ਤੱਕ ਨਹੀਂ ਸੀ ਲੱਭੀ ਫਿਰ ਵੀ ਪਰਚੇ ਸੁੱਟੇ ਗਏ ਸੀ ਗੋਲੀਆਂ ਚੱਲੀਆਂ ਰਾਈਫਲ ਖੋਈ ਗਈ ਇਹ ਪਹਾੜ ਜਿਹੜਾ ਪ੍ਰਸ਼ਨ ਸੀ ਜਿਹਦੇ ਹੱਲ ਲਈ ਉਹਨਾਂ ਨੂੰ ਕੋਈ ਰਾਹ ਨਹੀਂ ਸੀ ਲੱਭਾ ਹਾਲੀ ਤੱਕ ਤਾਂ ਉਹਨਾਂ ਤੋਂ ਪਹਿਲੇ ਕਾਤਲ ਨਹੀਂ ਸੀ ਲੱਭੇ ਇਹ ਨਵੀਂ ਮੁਸੀਬਤ ਖੜੀ ਹੋ ਗਈ ਬਾਰ ਬਾਰ ਉਹਨਾਂ ਦਾ ਗੁੱਸਾ ਪਿੰਡ ਤੇ ਚੜਦਾ ਬਿੰਦੇ ਚੱਟੇ ਪੰਜ ਚਾਰ ਨੂੰ ਘੜੀਸਦੇ ਨਜ਼ਲਾ ਝਾੜ ਲੈਂਦੇ ਖੂਨ ਪਿੰਡ ਚ ਹੁੰਦੇ ਸੀ ਖੂਨੀ ਪਿੰਡ ਚ ਲੁਕੇ ਸੀ ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਸੀ ਹਥਿਆਰਬੰਦ ਪੁਲਸੀਆਂ ਤੇ ਸਰਦਾਰ ਦੇ ਤਿੰਨਾ ਮੁੰਡਿਆਂ ਤੋਂ ਬਿਨਾ ਚੌਥਾ ਬੰਦਾ ਨੜੋਏ ਚ ਸ਼ਾਮਲ ਨਹੀਂ ਸੀ ਹੋਇਆ ਅੱਧੇ ਤੋਂ ਵੱਧ ਪਿੰਡ ਤਾਂ ਉਹਨਾਂ ਦੀ ਤੁਰਨ ਜੋਗਾ ਨਹੀਂ ਸੀ ਰਿਹਾ ਜੋ ਤਰਨ ਵਾਲੇ ਸੀ ਉਹ ਵੀ ਸਰਦਾਰ ਦੀ ਲੋਥ ਦੁਆਲੇ ਖਿੰਡੇ ਪਰਚਿਆਂ 'ਚ ਲਿਖੀਆਂ ਧਮਕੀਆਂ ਤੋਂ ਡਰਦੇ ਨਾ ਗਏ। ਨਾ ਤਾਂ ਪੁਲਿਸ ਵਾਲੇ ਡਰਦੇ ਕਿਸੇ ਨਾਲ ਜਾਣਾ ਪਸੰਦ ਕਰਦੇ। ਨਾ ਹੀ ਪਿਛਲੇ ਦਿਨਾਂ 'ਚ ਪੁਲਿਸ ਹੱਥੋਂ ਸਰਦਾਰ ਦੇ ਕਿਰਾਏ ਅਤਿਆਚਾਰਾਂ ਤੋਂ ਦੁਖੀ ਹੋਇਆ ਕੋਈ ਜਣਾ ਚਾਹੁੰਦਾ ਸੀ। ਹੁਣ ਤੱਕ ਪਿੰਡ 'ਚ ਹੋਈਆਂ ਮੌਤਾਂ ਵਿੱਚ ਇਹ ਸਭ ਤੋਂ ਪਹਿਲਾ ਨੜਵਾ ਸੀ ਜਿਸ 'ਚ ਚਾਰ ਬੰਦੇ ਵੀ ਸ਼ਾਮਲ ਨਹੀਂ ਸੀ ਹੋਏ। ਉਹ ਵੀ ਦਿਨ ਸੀ ਜਦੋਂ ਕੋਈ ਐਵੇਂ ਘੁੰਮਦਾ ਫਿਰਦਾ ਰਾਹੀ ਇਸ ਪਿੰਡ ਆ ਕੇ ਨਮੂਨੀਆਂ ਨਾਲ ਮਰ ਗਿਆ ਸੀ। ਅੱਧੇ ਨਾਲ ਵੱਧ ਪਿੰਡ ਤਾਂ ਉਹਦੀ ਮੰਜ਼ਲ ਵਿੱਚ ਵੀ ਸ਼ਾਮਲ ਹੋਇਆ ਸੀ ਇਹ ਤਾਂ ਫੇਰ ਵੀ ਸਰਦਾਰ ਸੀ ਪਿੰਡ ਦੇ ਸਰਦਾਰ ਕੋਈ ਰੋਜ਼-ਰੋਜ਼ ਨਹੀਂ ਮਰਦੇ ਕਰਤਾਰੋਂ ਨੂੰ ਹੋਸ਼ ਆਉਣ ਤੇ ਕੋਠੀ 'ਚ ਥੰਮਿਆਂ ਰੋਣ ਇੱਕ ਵਾਰ ਫੇਰ ਉੱਚਾ ਹੋ ਗਿਆ ਇਕੜ ਦੁੱਕੜ ਬਾਹਰੋਂ ਆਈਆਂ ਜਨਾਨੀਆਂ ਕਰਤਾਰੋਂ ਦੇ ચીਖ ਚੰਗਾੜੇ 'ਚ ਸ਼ਾਮਲ ਹੋ ਗਈਆਂ ਕਰਤਾਰੋਂ ਜਿਸ ਢੰਗ ਨਾਲ ਰੋ ਰਹੀ ਸੀ ਦੇਹੋਂ ਖੇ ਕਰ ਰਹੀ ਸੀ ਇਹ ਸਭ ਲਈ ਹੈਰਾਨ ਕਰਨ ਵਾਲੀ ਗੱਲ ਸੀ ਇਹਨਾਂ ਦੁੱਖ ਤਾਂ ਸਰਦਾਰਨੀ ਨੇ ਵੀ ਨਹੀਂ ਸੀ ਲਾਇਆ ਜਿਨੇ ساری ਉਮਰ ਉਸ ਨਾਲ ਖੰਡਾਈ ਸੀ ਕਰਤਾਰੂ ਜੀ ਭਰ ਕੇ ਰੋ ਰਹੀ ਸੀ ਆਪਣੇ ਕਈ ਬਰੇ ਪਹਿਲਾ ਮਰੇ ਅਮਲੀ ਨੂੰ ਕਾਜੇ ਮਰੇ ਜੈਲੇ ਨੂੰ ਉਸੇ ਜਿੰਨੇ ਪਿਆਰੇ ਹੋਰ ਬੀਸੀਆਂ ਨੂੰ ਬਰਿਆਂ ਤੋਂ ਥਮਿਆ ਰੋਣ ਨਦੀਆਂ ਵਾਂਗ ਵਹਿ ਤੁਰਿਆ ਸੀ ਚਾਰੇ ਪਾਸੇ ਨੀਰਾ ਫੈਲ ਗਿਆ ਸੀ ਜਦੋਂ ਕਰਤਾਰੂ ਸਰਦਾਰ ਦੇ ਸਿਵੇ ਨੂੰ ਤੁਰੀ ਕਈਆਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਕਿਸੇ ਦੇ ਟਾਲੇ ਨਾ ਟਲੀ ਸਰਦਾਰ ਦੀ ਰਾਖ ਹੁੰਦੀ ਉਹ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦੀ ਸੀ ਸਰਦਾਰ ਦਾ ਆਖਰੀ ਸਮੇਂ ਉਹਨੂੰ ਮੂੰਹ ਨੀਚੇ ਦਿਖਾਇਆ ਗਿਆ ਇਸ ਲਈ ਉਹ ਜਿਆਦਾ ਨਿਰਾਸ਼ ਸੀ ਰੋ ਰੋ ਕਰਤਾਰ ਉਹਦਾ ਬੁਰਾ ਹਾਲ ਹੋ ਗਿਆ ਉਹਦੇ ਵਾਲ ਖਿੰਡ ਗਏ ਅੱਖਾਂ ਦੁਖਣ ਲੱਗੀਆਂ ਪੱਟ ਸੁੱਜ ਗਈ ਛਾਤੀਆਂ 'ਚ ਦਰਦ ਹੋ ਰਿਹਾ ਸੀ ਇੱਕ ਇੱਕ ਅੰਗ ਟੁੱਟ ਰਿਹਾ ਸੀ ਫਿਰ ਵੀ ਉਹ ਤੁਰੀ ਜਾ ਰਹੀ ਸੀ ਆਪਣੇ ਮਨ ਦੀ ਖਾਹਿਸ਼ ਪੂਰੀ ਕਰਨ ਉਸ ਬੇਰੀ ਜਾ ਕੇ ਉਹਦੇ ਪੈਰਾਂ ਨੂੰ ਜੰਦਰੇ ਵੱਜ ਗਏ ਜਿੱਥੇ ਉਹਨੇ ਜੇਲੇ ਨੂੰ ਆਖਰੀ ਵਾਰੀ ਦੇਖਿਆ ਸੀ ਉੱਥੇ ਹੀ ਬੈਠ ਗਈ ਰੋਈ ਜਿੰਨਾ ਰੋ ਸਕਦੀ ਸੀ ਆਪਾ ਉਹ ਤੋਂ ਕਾਬੂ ਨਾ ਹੋਇਆ ਤਾਂ ਹਾਂ ਮਾਰਦੀ ਉਹ ਰੇਤੇ 'ਚ ਲਟਣ ਲੱਗ ਪਈ ਧਰਤੀ ਨੂੰ ਜਫੀਆਂ ਪਾਉਂਦੀ ਰੇਤੇ ਦੀਆਂ ਮੁਠਾਂ ਭਰ-ਭਰ ਚੁੰਮਦੀ ਰੇਤੇ ਦੇ ਕਣ ਕਣ ਚੋ ਜੈਲੇ ਦੀ ਹੋਂਦ ਮਹਿਸੂਸ ਕਰ ਰਹੀ ਸੀ ਪਿੰਡ 'ਚ ਗਸ਼ਤ ਕਰਦੇ ਕਈ ਪੁਲਸੀ ਉਸ ਕੋਲ ਰੁਕੇ ਗਾਂ ਲੰਗੇ ਜਿਨ੍ਹਾਂ ਚਿਰ ਕਰਤਾਰੋ ਤਰੋ ਹੋਇਆ ਰੋਈ ਛਾਟੋ ਚੁੱਪ ਕਰ ਗਈ ਮੰਜ਼ਲਵਾਲ ਤੋਂ ਰਹਿ ਕਾਫਲੇ ਨਾਲੋਂ ਵਿਛੜੇ ਉਹਦੇ ਪੁੱਤ ਉਸ ਨਾਲ ਗੱਲਾਂ ਕਰਨ ਆਏ ਸੀ ਪਿਆਰਾ ਜਸਬੀਰ ਜੈਲਾ ਹੂਰ ਸਾਰੇ ਨੌਜਵਾਨ ਜਿਨ੍ਹਾਂ ਨੂੰ ਉਹਨੇ ਪੁੱਤਾਂ ਵਾਂਗ ਪਿਆਰ ਕੀਤਾ ਸੀ ਜਿਨ੍ਹਾਂ ਨੂੰ ਆਪਣੇ ਹੱਥੀ ਮੌਤ ਦੇ ਮੂੰਹ 'ਚ ਧੱਕਿਆ ਸੀ ਸਭ ਉਹਨੂੰ ਸਾਹਮਣੇ ਖੜੇ ਨਜ਼ਰ ਆ ਰਹੇ ਸੀ ਸਭ ਦੇ ਚਿਹਰੇ ਗੰਭੀਰ ਸੀ ਉਸੇ ਤਰ੍ਹਾਂ ਦਗ-ਦਗ ਕਰਦੇ ਰੋਣਾ ਉਹਨਾਂ ਦੀ ਰੀਤ ਨਹੀਂ ਸੀ ਕਰਤਾਰੂ ਰੋ ਕੇ ਗੱਲਾਂ ਕਿਵੇਂ ਕਰਦੀ ਚੁੱਪ ਕਰ ਗਈ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਮੇਰੇ ਬਹਾਦਰ ਪੁੱਤਰੋ ਸੋਡੀਆਂ ਅੱਖਾਂ 'ਚ ਲਟਕਦੀ ਉਦਾਸੀ ਮੈਥੋਂ ਚੱਲ ਨਹੀਂ ਹੁੰਦੀ ਹੱਸੋ ਟੱਪੋ ਨੱਚੋ ਜਾ ਕੇ ਸਰਦਾਰ ਰਡੇ ਦਾ ਜਨਾਜ਼ਾ ਦੇਖੋ ਇੰ样 ਕੁੱਤਿਆਂ ਬਿੱਲਿਆਂ ਨਾਲ ਵੀ ਨਹੀਂ ਹੁੰਦੀ ਤੁਸੀਂ ਖੁਸ਼ ਕਿਉਂ ਨਹੀਂ ਹੋ ਰਹੇ ਤੁਹਾਡੀਆਂ ਪਾਈਆਂ ਪੈੜਾਂ 'ਚ ਕਾਫਲਾ ਤੁਰਦਾ ਜਾ ਰਿਹਾ ਹੈ ਜਿਹੜਾ ਕੰਮ ਸੋਥੋਂ ਨਹੀਂ ਹੋਇਆ ਸੋਡੀ ਮੰਗ ਕਰੇਗੀ ਤੁਸੀਂ ਜਿਹੜਾ ਕਾਫਲਾ ਸਿਰ ਜੇ ਆ ਮਾਰੂਥਲਾਂ ਨੂੰ ਲਤਾੜ ਦਾ ਮੰਜ਼ਲ ਵੱਲ ਵਧਦਾ ਜਾਏਗਾ 2 4 ਜਾਂ 8 10 ਦੇ ਵਿਚੜ ਜਾਣ ਨਾਲ ਕਾਰਵਾਨ ਟੁੱਟ ਨਹੀਂ ਜਾਂਦਾ ਇਹ ਤੁਰਦਾ ਰਹੇਗਾ ਸਾਡੇ ਆਖਰੀ ਦਮ ਤੱਕ ਮੈਨੂੰ ਹੁਣ ਜਾਣ ਦਿਓ ਮੇਰੇ ਬਹਾਦਰ ਪੁੱਤਰੋ ਹਾਲੀ ਮੇਰੇ ਕੋਲ ਇੰਨਾ ਸਮਾਂ ਨਹੀਂ ਪੁਲਿਸ ਵਾਲੇ ਮੇਰੇ ਤੇ ਗਿਰਜਾ ਮੰਗ ਮੰਡਰਾ ਰਹੇ ਨੇ ਹੁਣ ਮੈਂ ਮੈਂ ਜੋ ਉਹਨਾਂ ਦੇ ਹੱਥ ਆ ਗਈ ਤਾਂ ਸਾਡੀਆਂ ਮੰਜ਼ਲਾਂ ਅਧੂਰੀਆਂ ਰਹਿ ਜਾਣਗੀਆਂ ਹਾਲੇ ਤਾਂ ਮੈਂ ਸੇਰ ਚੋਂ ਪੋਣੀ ਵੀ ਨਹੀਂ 31 ਹਾਲੇ ਦਮ ਮਾਰਨ ਦਾ ਵਕਤ ਨਹੀਂ ਸਾਡੀ ਮੰਜ਼ਿਲ ਦੂਰ ਹੈ ਪਰ ਸਾਡੇ ਪੈਰ ਇਹਨਾਂ ਗਰਮ ਰੇਤਿਆਂ ਨਾਲ ਸੜਨ ਵਾਲੇ ਨਹੀਂ ਦੋ ਮਾਰਨ ਨਾਲ ਕੀ ਹੋ ਗਿਆ ਹਾਲੇ ਤਿੰਨ ਤਾਂ ਏਸੇ ਦੇ ਰਹਿੰਦੇ ਨੇ ਚੰਗਾ ਮੈਂ ਚੱਲੀਆ ਸਰਦਾਰ ਦੀ ਸੁਆਹ ਹੁੰਦੀ ਹੈ ਹੁੰਦੀ ਮੈਂ ਅੱਖੀਂ ਦੇਖਣੀ ਹੈ ਇਸ ਲਈ ਤਾਂ ਮੈਂ ਕਦੋਂ ਦੀ ਤਰਸਦੀ ਸੀ ਦੇਖਦੇ ਰਹੋ ਮੈਂ ਹੋਰ ਕੀ ਕੀ ਕਰਦੀ ਆ ਹੌਲੀ ਫੁੱਲ ਹੋਈ ਕਰਤਾਰ ਉੱਠੀ ਉਹਦੇ ਮਨ ਦਾ ਹਜ਼ਾਰਾਂ ਮਨ ਬੋਝ ਲੈ ਗਿਆ ਸੀ ਦੂਰੋਂ ਆਉਂਦੇ ਸਪਾਈਆਂ ਦੀ ਥੱਪ ਖੱਪ ਫਿਰ ਉਹਦੇ ਕੰਨਾਂ 'ਚ ਗੂੰਜੀ ਕਰਤਾਰੋਂ ਨੇ ਚੁੰਨੀ ਸੰਭੀ ਢੁੰਨੀਵਾ ਕਰਕੇ ਮੋੜ ਸਿਵਿਆਂ ਵੱਲ ਤੁਰ ਪਈ ਇੱਕ ਵਾਰ ਫਿਰ ਕਰਤਾਰੋਂ ਦੇ ਕੀਰਨੇ ਰਾਤ ਦਾ ਇਕਾਂਤ ਭੰਗ ਕਰਨ ਲੱਗੇ ਧੰਨਵਾਦ